ਪਨੋ ਸਾਹਿਬ ਸੁਪਰੀਮ ਕੋਰਟ ਵਿੱਚ ਅੱਜ ਜੋ ਡਿਵੈਲਪਮੈਂਟ ਹੋਈ ਉਸੇ ਬਾਰੇ ਅਸੀਂ ਪਹਿਲਾਂ ਵੀ ਗੱਲ ਕਰ ਰਹੇ ਸੀ ਕੁਝ ਕਾਲਰਸ ਦੀ ਗੱਲ ਮੈਨੂੰ ਯਕੀਨ ਹੈ ਤੁਸੀਂ ਵੀ ਜ਼ਰੂਰ ਸੁਣੀ ਹੋਏਗੀ ਹੁਣ ਇਹ ਸਾਰੀ ਗੱਲ ਦੇ ਸੰਦਰਭ ਦੇ ਵਿੱਚ ਬਾਕੀ ਦਾ ਪ੍ਰਤੀਕਰਮ ਕੀ ਹੈ ਤੇ ਸੁਪਰੀਮ ਕੋਰਟ ਵੱਲੋਂ ਇਹ ਕਿਹਾ ਜਾਣਾ ਕਿ ਕਾਨੂੰਨਾਂ ਨੂੰ ਹੋਲਡ ਤੇ ਪਾਓ ਜੇ ਸਰਕਾਰ ਜਿਹੜਾ ਨਹੀਂ ਕਰਦੀ ਤੇ ਅਸੀਂ ਕਰ ਦੇਵਾਂਗੇ ਇਹਦੇ ਕੀ ਮਾਨੇ ਨੇ ਜੀ ਬਿਲਕੁਲ ਮੈਂ ਕੁਝ ਜਿਹੜੇ ਕਾਲਰਸ ਨੇ ਉਹਨਾਂ ਦੇ ਵਿਊ ਜਿਹੜੇ ਸੁਣਿਆ ਦੇਖੋ ਇਉਂ ਹੈ ਕਿ ਲੋਕ ਬਹੁਤ ਭਾਵਕ ਹੋ ਕੇ ਇਸ ਅੰਦੋਲਨ ਦੇ ਨਾਲ ਜਿਹੜਾ ਜੀ ਉਹ ਜੁੜੇ ਹੋਏ ਆ ਔਰ ਭਾਵਕਤਾ ਹੀ ਹੁੰਦੀ ਹੈ ਜਿਹੜੀ ਕਿ ਮੈਂ ਸਮਝਦਾ ਕਿ ਜਿਹੜੀ ਕਿ ਤੁਸੀਂ ਕਿੰਨੇ ਸੈਂਸੀਅਰ ਹੋ ਕਿਸੇ ਗੱਲ ਦੇ ਵਾਸਤੇ ਕਿਉਂਕਿ ਭਾਵਕਤਾ ਦੇ ਨਾਲ ਹੀ ਜੁੜਿਆ ਜਾ ਸਕਦਾ ਜੀ ਉਸ ਤੋਂ ਬਿਨਾ ਨਹੀਂ ਲੋਕ ਬਹੁਤ ਫਿਕਰਮੰਦ ਨੇ ਕਿ ਐਕਚੁਅਲੀ ਇਹ ਹੋ ਕੀ ਰਿਹਾ ਜਾਂ ਕੀ ਹੋਊਗਾ ਹੂੰ ਹੂੰ ਇਹ ਇਹ ਕਿਉਂਕਿ ਅੱਜ ਜਿਹੜੀ 2 ਘੰਟੇ ਦੇ ਕਰੀਬ ਜਿਹੜੀ ਜੀ ਉਹ ਬਹਿਸ ਚੱਲੀ ਆ 47ਵਾਂ ਅੱਜ ਜਿਹੜਾ ਦਿਨ ਹੈ ਬਹੁਤਾ ਕੁਝ ਲੋਕਾਂ ਨੇ ਪੜ੍ਹ ਲਿਆ ਲੋਕਾਂ ਨੇ ਸੁਣ ਲਿਆ ਕਿ ਕੀ ਜਿਹੜੀਆਂ ਟਿੱਪਣੀਆਂ ਨੇ ਉਹ ਕੀਤੀਆਂ ਗਈਆਂ ਬੜੀਆਂ ਸਖਤ ਟਿੱਪਣੀਆਂ ਕੀਤੀਆਂ ਗਈਆਂ ਨੇ ਸੋਲਿਸਟਰ ਜਨਰਲ ਨੂੰ ਬੋਲਣ ਤੱਕ ਨਹੀਂ ਜਿਹੜਾ ਦੀ ਉਹ ਦਿੱਤਾ ਗਿਆ ਸੁਪਰੀਮ ਕੋਰਟ ਦੇ ਵੱਲੋਂ ਹਮਮ ਕਿ ਇਥੋਂ ਤੱਕ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਸਾਨੂੰ ਭਾਸ਼ਣ ਨਾ ਦਿਓ ਸਾਡੀ ਪੇਸ਼ੈਂਸ ਜਿਹੜੀ ਹੈ ਉਹ ਨਾ ਪਰਖੋ ਅਸੀਂ ਇਹਦੇ ਉੱਤੇ ਕੀ ਕਰ ਸਕਦੇ ਹਾਂ ਕੀ ਨਹੀਂ ਪਹਿਲਾਂ ਜਿੰਨੀ ਬਹਿਸ ਹੋਈ ਉਹਦੇ ਵਿੱਚੋਂ ਇਹ ਗੱਲ ਸਾਹਮਣੇ ਆਈ ਕਿ ਸ਼ਾਇਦ ਅੱਜ ਕੋਈ ਜਿਹੜਾ ਦੀ ਉਹ ਆਦੇਸ਼ ਸੁਪਰੀਮ ਕੋਰਟ ਦੇਊਗੀ ਇਸ ਮਾਮਲੇ ਦੇਤੇ ਜਿਹੜੀ ਗੱਲ ਤੁਸੀਂ ਸੁਣ ਰਹੇ ਹੋ ਵੀ ਉਹਨੇ ਇਹ ਕਹਿਤਾ ਵੀ ਤੁਸੀਂ ਰੱਦ ਕਰਦੇ ਹੋ ਜਾਂ ਅਸੀਂ ਕਰੀਏ ਜੀ ਅੱਛਾ ਹੁਣ ਹੁਣ ਕੱਲ ਨੂੰ ਇਹ ਜਿਹੜੀ ਆ ਇਹਦੇ ਉੱਤੇ ਪਹਿਲਾਂ ਇੱਕ ਵਾਰੀ ਫੇਰ ਸੁਣਵਾਈ ਕੀਤੀ ਜਾਊਗੀ ਸ਼ਾਇਦ ਕਿਤੇ ਨਾ ਕਿਤੇ ਕੁਝ ਪੁਆਇੰਟ ਨੇ ਮੈਂ ਉਹ ਰਿਪੀਟ ਨਹੀਂ ਕਰਨੇ ਜਿਹੜੀਆਂ ਗੱਲਾਂ ਟਿੱਪਣੀਆਂ ਹੋਈਆਂ ਨੇ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਉਹ ਟਿੱਪਣੀਆਂ ਕੀ ਨੇ ਉਸ ਚੱਕਰ ਚ ਪੈ ਗਿਆ ਤਾਂ ਬਹੁਤ ਲੰਬਾ ਜਿਹੜਾ ਜੀ ਉਹ ਟਾਈਮ ਲੱਗ ਜਾਣਾ ਕਿਉਂਕਿ ਟਿੱਪਣੀਆਂ ਬਹੁਤ ਜ਼ਿਆਦਾ ਨੇ ਇਹਦੇ ਵਿੱਚ ਜਿਹੜਾ ਸਮਾਂ ਦਿੱਤਾ ਗਿਆ ਮੇਰੀ ਜਾਚੇ ਉਹ ਸਮਾਂ ਇਸ ਕਰਕੇ ਤਾਂ ਗਿਆ ਕਿ ਕੇਂਦਰ ਦੀ ਸਰਕਾਰ ਇਸ ਮਾਮਲੇ ਦੇ ਉੱਤੇ ਜਦੋਂ ਭੜਕੇ ਸੋਲਿਸਟਰ ਜਨਰਲ ਪੇਸ਼ ਹੋਵੇ ਤੇ ਉਹ ਕੋਈ ਵੱਖਰਾ ਜਿਹੜਾ ਦੀ ਉਹ ਤੋੜ ਲੈ ਕੇ ਆਵੇ ਕਿ ਅਸੀਂ ਆ ਵੀ ਜਿਹੜਾ ਦੀ ਉਹ ਕਰ ਸਕਦੇ ਹਾਂ ਉਹ ਕੀ ਹੋ ਸਕਦਾ ਇਹ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਸੋਲਿਸਟਰ ਜਨਰਲ ਜਿਹੜੇ ਸੰਨ ਉਹਨਾਂ ਦੀ ਠੀਟਤਾ ਜਿਹੜੀ ਹੈ ਦੀ ਉਹ ਬਿਲਕੁਲ ਸਪਸ਼ਟ ਨਜ਼ਰ ਆਉਂਦੀ ਸੀ ਜਿਹਦੇ ਤੋਂ ਭੜਕੇ ਕੋਈ ਬਹੁਤਾ ਕੁਝ ਨਵਾਂ ਉੱਥੇ ਆਉਣ ਦੀ ਸੰਭਾਵਨਾ ਘਟ ਹੈ ਕਿਉਂਕਿ ਅੱਜ ਵਾਲੀਆਂ ਟਿੱਪਣੀਆਂ ਦੇ ਵਿੱਚ ਜਿਹੜੇ ਜਸਟਿਸ ਨੇ ਜੀ ਸੁਪਰੀਮ ਕੋਰਟ ਦੇ ਏਐਸ ਬੋਬੜੇ ਉਹਨਾਂ ਨੇ ਇਹ ਗੱਲ ਜਿਹੜੀ ਉਹ ਪੁੱਛੀ ਵੀ ਜੇ ਅਸੀਂ ਹੋਲਡ ਤੇ ਕਰਦੀਏ ਤੇ ਕੀ ਕਿਸਾਨ ਜਥੇਬੰਦੀਆਂ ਉਥੋਂ ਉੱਠ ਜਾਣਗੀਆਂ ਸੰਘਰਸ਼ ਤੋਂ ਤਾਂ ਜਿਹੜੇ ਵਕੀਲ ਪੇਸ਼ ਹੋਏ ਪ੍ਰਸ਼ਾਦ ਭੂਸ਼ਣ ਹੁਰੀ ਉਹਨਾਂ ਦੀ ਅਗਵਾਈ ਕਰ ਰਹੇ ਸੀਗੇ ਵਨ ਆਫ ਦੀ ਬੈਸਟ ਲਾਇਰ ਜਿਹੜਾ ਜਿਨ੍ਹਾਂ ਦੇ ਉੱਤੇ ਬਹੁਤ ਵੱਡਾ ਜਿਹੜਾ ਦੀ ਉਹ ਪ੍ਰਾਊਡ ਹੈ ਉਹ ਜਿਹੜੇ ਉਹ ਪੇਸ਼ ਹੈ ਉਹਨਾਂ ਨੇ ਕਿਹਾ ਅਸੀਂ ਨਹੀਂ ਕੁਝ ਵੀ ਦੱਸ ਸਕਦੇ ਅਸੀਂ ਜਥੇਬੰਦੀਆਂ ਨਾਲ ਗੱਲ ਕਰਾਂਗੇ ਉਹਨਾਂ ਤੋਂ ਪੁੱਛ ਕੇ ਦੱਸਾਂਗੇ ਵੀ ਉਹ ਇਹ ਮੰਨਣ ਕੀ ਆ ਜਾਂ ਨਹੀਂ ਅਜੇ ਤੱਕ ਕਿਸਾਨ ਜਥੇਬੰਦੀਆਂ ਦਾ ਇਹਦੇ ਉੱਤੇ ਕੋਈ ਪ੍ਰਤੀਕਰਮ ਜਿਹੜਾ ਜੀ ਉਹ ਆਫੀਸ਼ੀਅਲੀ ਨਹੀਂ ਆਇਆ ਹੂੰ ਹੂੰ ਕਿਉਂਕਿ ਮੇਰੀ ਸ਼ਾਮੀ ਵੀ ਜਿਹੜੀ ਗੱਲ ਹੋਈ ਸੀਗੀ ਜੋ ਕਨਸੋਵਾ ਸੀ ਕਿ ਰੋਕਿਆ ਗਿਆ ਸਾਰੇ ਕਿਸਾਨ ਆਗੂਆਂ ਨੂੰ ਰੋਕਿਆ ਗਿਆ ਕਿ ਕੋਈ ਸੁਪਰੀਮ ਕੋਰਟ ਦੇ ਇਸ ਅੱਜ ਦੀਆਂ ਟਿੱਪਣੀਆਂ ਦੇ ਉੱਤੇ ਆਪਣੀ ਟਿੱਪਣੀ ਨਹੀਂ ਕਰੂਗਾ ਜਿੰਨੀ ਦੇਰ ਤੱਕ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਜਿਹੜੀ ਆ ਉਹ ਇਹਨਾਂ ਵਕੀਲਾਂ ਦੇ ਨਾਲ ਨਹੀਂ ਹੋ ਜਾਂਦੀ ਵਕੀਲਾਂ ਦੇ ਨਾਲ ਜਿਹੜੀ ਮੀਟਿੰਗ ਹੈ ਜੀ ਉਹਦੇ ਵਿੱਚ ਇੱਕ ਤਾਂ ਇਸ ਕੱਲ ਦੀ ਸਟ੍ਰੈਟਜੀ ਤੈਅ ਕੀਤੀ ਜਾਊਗੀ ਕਿ ਕੱਲ ਨੂੰ ਕੀ ਹੋ ਸਕਦਾ ਅੱਛਾ ਹੋ ਕੀ ਸਕਦਾ ਉਹ ਤਕਰੀਬਨ ਤਕਰੀਬਨ ਦਿਸ ਰਿਹਾ ਕਿ ਇਹ ਕਾਨੂੰਨ ਜਿਹੜੇ ਨੇ ਇਹਨਾਂ ਨੂੰ ਹੋਲਡ ਕੀਤਾ ਜਾਊਗਾ ਔਰ ਇੱਕ ਕਮੇਟੀ ਜਿਹੜੀ ਆ ਉਹ ਬਣਾ ਦਿੱਤੀ ਜਾਊਗੀ ਕਿਸਾਨ ਜਥੇਬੰਦੀਆਂ ਵਾਲੇ ਪਹਿਲਾਂ ਬੜਾ ਕਲੀਅਰ ਜਿਹੜਾ ਦੀ ਉਹ ਕਹਿ ਚੁੱਕੇ ਹੋਏ ਆ ਕਿ ਸਾਨੂੰ ਜਿਹੜਾ ਇਹ ਹੋਲਡ ਮਨਜ਼ੂਰ ਨਹੀਂਗਾ ਹੂੰ ਹੂੰ ਦੇਖੋ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਉਰਦੂ ਦਾ ਇੱਕ ਸ਼ੇਰ ਹੈ ਬੜਾ ਕਮਾਲ ਦਾ ਕਿ ਵਕਤ ਵੋ guzra ਸਮੇ ਕੀ ਘੜੀਆਂ ਨੇ ਦੇਖਾ ਲਮਹੋਂ ਮੇ ਖਤਾ ਕੀ ਸਦੀਓ ਮੇ سزا ਪਾਈ ਜੀ ਇਹ ਇੱਥੇ ਜਿਹੜਾ ਦੀ ਉਹ ਟਕ ਰਿਆ ਕਿ ਕੀ ਕਾਰਨ ਹੋਇਆ ਅਦਾਲਤ ਤੋਂ ਲੋਕਾਂ ਦਾ ਵਿਸ਼ਵਾਸ ਕਿਉਂ ਉੱਠ ਗਿਆ ਜਦੋਂ ਅਜੀਤ ਤੇ ਜੀਵਨ ਹੁਰੀ ਹੁੰਦੇ ਸੀਗੇ ਵਿਲਨ ਉਹ ਫਿਲਮਾਂ ਵੇਖੋ ਹਿੰਦੀ ਫਿਲਮਾਂ ਉਹਦੇ ਵਿੱਚ ਇੱਕ ਗੱਲ ਉਹ ਕਹਿੰਦੇ ਹੁੰਦੇ ਸੀਗੇ ਵੀ ਇਹਨੂੰ ਅਦਾਲਤ ਨਾ ਪਹੁੰਚਣ ਦਿਓ ਜੀ ਉਹ ਇਹ ਕਹਿੰਦੇ ਸੀ ਨਾ ਜੀ ਕਿ ਇਹਨੂੰ ਜਿਹਨੂੰ ਫੜਿਆ ਇਹਨੂੰ ਅਦਾਲਤ ਨਾ ਪਹੁੰਚਣ ਦਿਓ ਉਹਨਾਂ ਨੂੰ ਲੱਗਦਾ ਸੀ ਅਦਾਲਤ ਤੋਂ ਜੜਾ ਦੀ ਹੋ ਜਾਊਗਾ ਹੁਣ ਇੱਥੇ ਕੰਮ ਜੜਾ ਦੀ ਉਲਟ ਹੋ ਗਿਆ ਖਾਸ ਤੌਰ ਦੇ ਤੇ ਤਰਨ ਗੋ ਗਈ ਹੋਰਾਂ ਨੇ ਜਿਹੜੀ ਗਲਤੀ ਕੀਤੀ ਹੈ ਨਾ ਚੀਫ ਜਸਟਿਸ ਦੇ ਅਹੁਦੇ ਦੇ ਉੱਤੇ ਰਹਿ ਕੇ ਤੇ ਫਿਰ ਉਹ ਰਾਜ ਸਭਾ ਦੇ ਮੈਂਬਰ ਬਣ ਗਏ ਉਸ ਪਾਰਟੀ ਦੇ ਵੱਲੋਂ ਜਿਹੜੀ ਸੱਤਾ ਦੇ ਵਿੱਚ ਸੀ ਕਿਤੇ ਨਾ ਕਿਤੇ ਉਹਨੇ ਵਿਸ਼ਵਾਸ ਜਿਹੜਾ ਜੀ ਉਗਵਾਇਆ ਹੂੰ ਹੂੰ ਅੱਜ ਜਿਹੜੀ ਬਹਿਸ ਸੀ ਜੇ ਇਸ ਗੱਲ ਦੇ ਉੱਤੇ ਬਹਿਸ ਹੁੰਦੀ ਵੀ ਜਿਹੜਾ ਖੇਤੀ ਆ ਉਹ ਰਾਜਾਂ ਦਾ ਸਬਜੈਕਟ ਆ ਜਾਂ ਕੇਂਦਰ ਦਾ ਤੇ ਗੱਲ ਸਮਝ ਆਉਂਦੀ ਜੀ ਜੇ ਇਹਦੇ ਉੱਤੇ ਬਹਿਸ ਹੁੰਦੀ ਕਿ ਜਿਵੇਂ ਇਹਨੂੰ ਰਾਜ ਸਭਾ ਦੇ ਵਿੱਚ ਪਾਸ ਕੀਤਾ ਗਿਆ ਉਹ ਕਿਉਂ ਇਦਾਂ ਪਾਸ ਕੀਤਾ ਗਿਆ ਗੱਲ ਜਿਹੜੀ ਸੀ ਉਹ ਕੁਝ ਸਮਝ ਆਉਂਦੀ ਗੱਲ ਸਮਝ ਨਹੀਂ ਆ ਰਹੀ ਇਸ ਕਰਕੇ ਸਮਝ ਨਹੀਂ ਆ ਰਹੀ ਕਿ ਇਹ ਜਿਹੜੇ ਅਹਿਮ ਪੁਆਇੰਟ ਸੀਗੇ ਇਹ ਦਰਕਨਾਰ ਕੀਤੇ ਗਏ ਆ ਇਹ ਇਹ ਸਭ ਤੋਂ ਪਹਿਲਾਂ ਜਿਹੜੇ ਦੀ ਉਹ ਮੂਰੇ ਰਹਿਣੇ ਚਾਹੀਦੇ ਸੀ ਕੋਈ ਵੀ ਟਿੱਪਣੀ ਜਿਹੜੀ ਆਦੀ ਉਹ ਇਹ ਤੋਂ ਅੱਗੇ ਕਰਨ ਤੋਂ ਪਹਿਲਾਂ ਮੇਰੇ ਜਾਚੇ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਬਹੁਤ ਸਿਆਣੇ ਨੇ ਉਹ ਸਹਿਰਦ ਨੇ ਸਾਨੂੰ ਉਹਨਾਂ ਦੀ ਟਿੱਪਣੀ ਦਾ ਇੰਤਜ਼ਾਰ ਜਿਹੜਾ ਦੀ ਉਹ ਕਰਨਾ ਚਾਹੀਦਾ ਔਰ ਸਾਨੂੰ ਉਹਨਾਂ ਦੇ ਉੱਤੇ ਵਿਸ਼ਵਾਸ ਰੱਖਣਾ ਚਾਹੀਦਾ ਕਿਉਂਕਿ ਉਹ ਇੱਥੋਂ ਤੱਕ ਜਿਸ ਤਰੀਕੇ ਦੇ ਨਾਲ ਜਿਨੇ ਵਧੀਆ ਤਰੀਕੇ ਦੇ ਨਾਲ ਇਸ ਸਾਰੇ ਅੰਦੋਲਨ ਨੂੰ ਲੈ ਕੇ ਆਏ ਆ ਇਸ ਗੱਲ ਦੀ ਪੂਰੀ ਉਮੀਦ ਹੈ ਕਿ ਉਹ ਸਰਕਾਰ ਤੋਂ ਕਈ ਸਟੈਪ ਅੱਗੇ ਸੋਚ ਰਹੇ ਆ ਔਰ ਸੋਚਦੇ ਰਹੇ ਆ ਉਹਨਾਂ ਨੇ ਬਾਰ ਬਾਰ ਇਹ ਗੱਲ ਜਿਹੜੀ ਹੈ ਜੀ ਉਹ ਸਾਨੂੰ ਜਿਤਾਈ ਹੈ ਜਿਉਂ ਇਹ ਅੰਦੋਲਨ ਸ਼ੁਰੂ ਹੋਇਆ ਇਸ ਕਰਕੇ ਉਹਦੇ ਉੱਤੇ ਉਹਨਾਂ ਦੀ ਜਿਹੜੀ ਆਫੀਸ਼ੀਅਲ ਟਿੱਪਣੀ ਹੈ ਮੇਰਾ ਖਿਆਲ ਉਹ ਫਾਈਨਲ ਹੋਊਗੀ ਜੀ ਔਰ ਉਹ ਉਹ ਮੰਨਣੀ ਵੀ ਚਾਹੀਦੀ ਆ ਉਹ ਇਸ ਪੱਖੋਂ ਬੜੇ ਸਿਆਣੇ ਨੇ ਸੁਚੇਤ ਨੇ ਹੂੰ ਹੂੰ ਤੇ ਕੀ ਹੋ ਸਕਦਾ ਔਰ ਸਿਰਫ ਹੋਲਡ ਕਰਨ ਦੇ ਨਾਲ ਮੇਰੀ ਜਾਚੇ ਜੋ ਅੱਜ ਜੇ ਮੈਂ ਇੱਥੇ ਕਹਿਣਾ ਹੋਵੇ ਤੇ ਕੋਈ ਜਥੇਬੰਦੀ ਉੱਠੂਗੀ ਨਹੀਂ ਜੀ ਨਹੀਂ ਉੱਠ ਸਕਦੀ ਉਹ ਹੂੰ ਅੱਛਾ ਇਹ ਟਰੈਕਟਰ ਰੈਲੀ ਨੂੰ ਲੈ ਕੇ ਵੀ ਗੱਲ ਆ ਜੀ ਸੁਪਰੀਮ ਕੋਰਟ ਚੱਲੀ ਪੰਨੂ ਸਾਹਿਬ ਵੀ ਜਦੋਂ ਇਹ ਗੱਲ ਹੋਈ ਜਿਹੜੇ ਅਟਾਰਨੀ ਜਨਰਲ ਨੇ ਕੇ ਕੇ ਵੀਨੂ ਗੋਪਾਲ ਉਹਨਾਂ ਨੇ ਕਿਹਾ ਦੇਖੋ ਜੀ ਜਦੋਂ ਖट्टर ਨੇ ਰੈਲੀ ਕਰਨੀ ਸੀ ਕਰਨਾਲ ਦੇ ਵਿੱਚ ਤੇ ਉੱਥੇ ਕਿਸ ਤਰ੍ਹਾਂ ਦੀ ਸਥਿਤੀ ਬਣ ਗਈ ਵੀ ਉਸੇ ਤਰ੍ਹਾਂ ਦਾ ਕੰਮ ਕਿਤੇ 26 ਜਨਵਰੀ ਨੂੰ ਨਾ ਹੋ ਜਵੇ ਫਿਰ ਜਦੋਂ ਸਵਾਲ ਪੁੱਛਿਆ ਗਿਆ ਵੀ ਕੀ ਤੁਸੀਂ ਰਾਜਪਥ ਤੇ ਟਰੈਕਟਰ ਰੈਲੀ ਕੱਢਣਗੇ ਕਿਸਾਨ ਤਾਂ ਉਦੋਂ ਜਿਹੜੇ ਵਕੀਲ ਸੀ ਦੁਸ਼ੰਤ ਦਵੇ ਉਹਨਾਂ ਨੇ ਕਿਹਾ ਵੀ ਅਸੀਂ ਅਜਿਹਾ ਨਹੀਂ ਕਰਾਂਗੇ ਹੁਣ ਇਹਦਾ ਮਤਲਬ ਇਹ ਹੈ ਕਿ ਟਰੈਕਟਰ ਰੈਲੀ ਹੀ ਨਹੀਂ ਹੋਏਗੀ ਜਾਂ ਫਿਰ ਰਾਜਪਥ ਤੇ ਨਹੀਂ ਜਾਵਾਂਗੇ ਹੋਰ ਪਾਸੇ ਕਰਾਂਗੇ ਨਹੀਂ ਇਹਦਾ ਮਤਲਬ ਇਹ ਨਹੀਂਗਾ ਜੀ ਕਿ ਟਰੈਕਟਰ ਰੈਲੀ ਨਹੀਂ ਹੋਊਗੀ ਇਹਦਾ ਮਤਲਬ ਕਿਉਂਕਿ ਉਹਨੂੰ ਸਰਕਾਰ ਨੂੰ ਇਹ ਲੱਗਦਾ ਕਿ ਰਾਜਪਥ ਦੇ ਉੱਤੇ ਜਾ ਕੇ ਇਹ ਉਹਦੇ ਵਿੱਚ ਖਲਲ ਪਾਉਣਗੇ ਦੇਖੋ ਕਿਸਾਨਾਂ ਨੇ ਅੱਜ ਤੱਕ ਜਿਹੜਾ ਇਹ ਅੰਦੋਲਨ ਆ ਉਹਨੂੰ ਜਿੱਥੋਂ ਤੱਕ ਇਹ ਲੈ ਕੇ ਆਇਆ ਜੇ ਖਲਲ ਪਾਉਣਾ ਹੁੰਦਾ ਤੇ ਅੱਜ ਨੂੰ ਇਹ ਅੰਦੋਲਨ ਇੱਥੋਂ ਤੱਕ ਪਹੁੰਚਦਾ ਵੀ ਨਾ ਜਿੱਥੋਂ ਤੱਕ ਇਹ ਜਿਹੜਾ ਜੀ ਉਹ ਪਹੁੰਚਿਆ ਹੋਰ ਬਥੇਰੇ ਰਾਹ ਨੇ ਕਿਸਾਨਾਂ ਦੇ ਕੋਲੇ ਜਿਹੜਾ ਜੀ ਉਸ ਦਿਨ ਔਰ ਜਿਹੜੀ ਗੱਲ ਵਕੀਲਾਂ ਨੇ ਇਹ ਕਹੀ ਵੀ 26 ਜਨਵਰੀ ਕੋਈ ਸਰਕਾਰ ਦੀ ਥੋੜੀ ਹੈ ਦੀ 26 ਜਨਵਰੀ ਤਾਂ ਹਰ ਨਾਗਰਿਕ ਦੀ ਹੈ 26 ਜਨਵਰੀ ਕਿਸਾਨਾਂ ਦੀ ਵੀ ਓਨੀ ਹੀ ਹੈ ਜਿੰਨੀ ਸਰਕਾਰ ਦੀ ਹੈ ਉਹ ਸੈਲੀਬ੍ਰੇਟ ਕਿਉਂ ਨਹੀਂ ਕਰ ਸਕਦੇ ਇਹਦੇ ਉੱਤੇ ਜਿਹੜੇ ਚੀਫ ਜਸਟਿਸ ਨੇ ਉਹਨਾਂ ਦੀ ਟਿੱਪਣੀ ਜਿਹੜੀ ਇਹ ਸੀਗੀ ਉਹ ਖੱਟੜ ਵਾਲੇ ਮਾਮਲੇ ਦੇ ਉੱਤੇ ਉਹ ਕਹਿੰਦੇ ਇਹ ਪੁਲਿਸ ਦਾ ਮੈਟਰ ਹੈ ਹੂੰ ਹੂੰ ਪੁਲਿਸ ਕਿਵੇਂ ਇਹਨੂੰ ਨਿਠਦੀ ਆ ਉਹ ਨਿਠੇ ਕਿਉਂਕਿ ਕੇਂਦਰ ਦੀ ਸਰਕਾਰ ਉਹਦੇ ਉੱਤੇ ਪਾਬੰਦੀ ਲਗਾਉਣਾ ਚਾਹੁੰਦੀ ਸੀ ਜਿੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜਾ ਇੱਕ ਟਰੈਕਟਰ ਰੈਲੀ ਜਿਹੜੀ ਕੀਤੀ ਗਈ ਸੀ ਜਿਸਨੂੰ ਇਹ ਕਹਿੰਦੇ ਸੀਗੇ ਟਰੇਲਰ ਆ ਉਹਦੇ ਤੋਂ ਡਰੀ ਹੋਈ ਆ ਹੂੰ ਹੂੰ ਕੇਂਦਰ ਦੀ ਸਰਕਾਰ ਉਹਨੂੰ ਪਤਾ ਹੈ ਇਸ ਗੱਲ ਦਾ ਕਿ ਇਹ ਪਤਾ ਨਹੀਂ ਕਿੰਨੇ ਇੱਕ ਟਰੈਕਟਰ ਜਿਹੜੇ ਨੇ ਉਹ ਦਿੱਲੀ ਦੇ ਵਿੱਚ ਉਸ ਦਿਨ ਆ ਜਾਣਗੇ ਉਹਨਾਂ ਨੂੰ ਇਹ ਲੱਗਦਾ ਕਿ ਸਾਡੀ ਜਿਹੜੀ ਪਰੇਡ ਆ ਉਹਦੇ ਵਿੱਚ ਖਲਲ ਜਿਹੜਾ ਦੀ ਉਹ ਪਾਉਣਗੇ ਮੈਨੂੰ ਨਹੀਂ ਲੱਗਦਾ ਕਿ ਕਿਸਾਨ ਜਥੇਬੰਦੀਆਂ ਵਾਲੇ ਉਸ ਪਰੇਡ ਦੇ ਵਿੱਚ ਖਲਲ ਪਾਉਣ ਦੇ ਵਾਸਤੇ ਜਾਣਗੇ ਉਹ ਦੂਜੀਆਂ ਸੜਕਾਂ ਦੇ ਉੱਤੇ ਵੀ ਆ ਗਏ ਤਾਂ ਵਿਸ਼ਵ ਭਰ ਦੇ ਵਿੱਚ ਇੱਕ ਬਹੁਤ ਵੱਡੀ ਖਬਰ ਜਿਹੜੀ ਆ ਦੀ ਉਹ ਇਹ ਬਣ ਜਾਣੀ ਹੈ ਕਿ ਜਦੋਂ ਗਨਤੰਤਰ ਦਿਵਸ ਜਿਹੜਾ ਦੀ ਉਹ ਮੁਲਕ ਦਾ ਮਨਾਇਆ ਜਾ ਰਿਹਾ ਸੀ ਤਾਂ ਕਿੱਡੀ ਵੱਡੀ ਗਿਣਤੀ ਦੇ ਵਿੱਚ ਅੰਨਦਾਤੇ ਜਿਹੜੇ ਨੇ ਉਹ ਆਪਣੇ ਟੂਲਸ ਲੈ ਕੇ ਰਾਜਧਾਨੀ ਦੀਆਂ ਸੜਕਾਂ ਦੇ ਉੱਤੇ ਜਿਹੜਾ ਆ ਗਿਆ ਉੱਥੇ ਜਾਣਾ ਵੀ ਜਿਹੜਾ ਦੀ ਉਹ ਜ਼ਰੂਰੀ ਨਹੀਂ ਆ ਬਾਹਰ ਲੀਆਂ ਸੜਕਾਂ ਤੇ ਆ ਗਏ ਤੇ ਉਹੀ ਵੱਡੀ ਖਬਰ ਬਣ ਜਾਣੀ ਹੈ ਜੀ ਮੈਨੂੰ ਯਾਦ ਆ ਪੰਨੂ ਸਾਹਿਬ ਜਦੋਂ 7 ਤਾਰੀਖ ਨੂੰ ਤੁਸੀਂ ਇਹਦੇ ਬਾਰੇ ਅਪਡੇਟ ਸਾਂਝੀ ਕੀਤੀ ਸੀ ਨਾ ਇੱਕ ਬਹੁਤ ਇੰਪੋਰਟੈਂਟ ਪੁਆਇੰਟ ਸੀ ਉਹਦੇ 'ਚ ਵੀ ਡਿਸਪਲਿਨ ਕਿੰਨਾ ਸੀ ਸੋ ਜਿਹੜੀ ਤੁਸੀਂ ਹੁਣ ਵੀ ਗੱਲ ਕਹੀ ਨਾ ਮੇਰੇ ਕਾਲ ਇੱਕ ਤਾਂ ਗਿਣਤੀ ਆ ਜਿਹੜੀ ਇੱਕ ਬਹੁਤ ਵੱਡੀ ਤਾਦਾਦ ਦੇ ਵਿੱਚ ਇੱਕ ਜਜ਼ਬਾ ਕਿਸਾਨਾਂ ਦਾ ਉਹਨਾਂ ਦੀ ਜਿਸ ਹਿਸਾਬ ਨਾਲ ਸੰਗਠਿਤ ਕਰਕੇ ਪਲਾਨਡ ਆਰਗੇਨਾਈਜ਼ ਢੰਗ ਦੇ ਨਾਲ ਸਾਰੀ ਐਜੀਟੇਸ਼ਨ ਨੂੰ ਤੋੜਨਾ ਜਿਹੜਾ ਡਿਸਪਲਿਨ ਆ ਮੈਨੂੰ ਕਹਿੰਦਾ ਡਿਸਪਲਿਨ ਸਭ ਤੋਂ ਜ਼ਿਆਦਾ ਡਰਾ ਰਿਹਾ ਡਰਾਈ ਹੋ ਰਿਹਾ ਜੀ ਡਰਾ ਹੀ ਹੋ ਰਿਹਾ ਮੈਂ ਤੁਹਾਨੂੰ ਉਸ ਦਿਨ ਗੱਲ ਇੱਕ ਪੁਆਇੰਟ ਉਦੇ ਵਿੱਚ ਜਿਹੜਾ ਦੀ ਦੱਸਿਆ ਸੀ ਤੁਸੀਂ ਕਿਤੇ ਨਹੀਂ ਸੁਣਿਆ ਹੋਣਾ ਕਿਤੇ ਨਹੀਂ ਵੇਖਿਆ ਹੋਣਾ ਉਹ ਕਿ ਸਪੀਕਰ ਜਿਹੜਾ ਚੱਲਦਾ ਸੀ ਉਹ ਕਹਿੰਦੇ ਜੀ ਇੱਥੋਂ ਹੁਣ ਆਪਾਂ ਯੂ ਟਰਨ ਮਾਰਾਂਗੇ ਜੀ ਯੈਸ ਮੇਰੇ ਯਾਦ ਆ ਗਿਆ ਉਹ ਸੂਨ ਉਹ ਅਨਾਉਂਸਮੈਂਟ ਹੋਈ ਆ ਉਸੇ ਵੇਲੇ ਯੂ ਟਰਨ ਜਿਹੜੇ ਦੀ ਉਹ ਵੱਜਣੇ ਸ਼ੁਰੂ ਹੋ ਗਏ ਉਹਨਾਂ ਨੇ ਕਿਹਾ ਹੁਣ ਅਸੀਂ ਆਪਣੀ ਜਗ੍ਹਾ ਦੇ ਉੱਤੇ ਜਾਵਾਂਗੇ ਸਿੱਧੇ ਆ ਕੇ ਟਰੈਕਟਰ ਜਿਹੜੇ ਜੀ ਉੱਥੇ ਪਾਰਕ ਹੋ ਗਏ ਇੱਕ ਸਿੰਗਲ ਘਟਨਾ ਤੁਸੀਂ ਦੱਸੋ ਐਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਗਿਆ ਹੋਵੇ ਕਿਸੇ ਨੇ ਇਹ ਕਿਹਾ ਹੋਵੇ ਅਸੀਂ ਮੁੜਦੇ ਨਹੀਂ ਅਸੀਂ ਥੋੜਾ ਗਾਂਹ ਜਾਵਾਂਗੇ ਇੱਕ ਦੂਜੇ ਚ ਮਾਰਨ ਦੀ ਕੋਸ਼ਿਸ਼ ਜਿਹੜੀ ਆ ਦੀ ਉਹ ਕੀਤੀ ਹੋਵੇ ਭਜਾਉਣ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਜਿਹੜੇ ਕਹਿੰਦੇ ਸੀ ਕਿ ਇਹ ਕਰਤੱਵ ਦਿਖਾਉਂਦੇ ਆ ਕੋ ਕਰਤੱਵ ਦਿਖਾਉਣ ਦੀ ਕੋਸ਼ਿਸ਼ ਕੀਤੀ ਹੋਵੇ ਇੰਨਾ ਡਿਸਪਲਿਨ ਚ ਰਹਿ ਕੇ ਅਸਲ ਦੇ ਵਿੱਚ ਜਿੱਥੇ ਇਸ ਸੰਘਰਸ਼ ਦੀ ਬੈਕਬੋਨ ਜਾਂ ਸਾਰੀ ਜਿਹੜੀ ਉਹ ਤਾਕਤ ਹੈ ਉਹ ਡਿਸਪਲਿਨ ਬਣਿਆ ਹੋਇਆ ਉੱਥੇ ਸਰਕਾਰ ਦੇ ਵਾਸਤੇ ਸਭ ਤੋਂ ਵੱਡੀ ਮੁਸੀਬਤ ਵੀ ਉਹ ਡਿਸਪੀਸਪਲਨ ਬਣਿਆ ਹੋਇਆ ਮੈਂ ਇੱਕ ਦਿਨ ਗੱਲ ਕੀਤੀ ਸੀਗੀ ਕਿ ਜਿਹੜੀਆਂ ਸਲਾਹਾਂ ਨੇ ਦੇਣ ਨੂੰ ਮੈਂ ਵੀ ਸਲਾਹਾਂ ਜਿਹੜੀਆਂ ਸਵੇਰ ਤੋਂ ਸ਼ਾਮ ਤੱਕ ਦੇ ਸਕਦਾ ਜਿਹੜੇ ਜਿਹੜੇ ਕਿਸਾਨ ਆਗੂ ਨੇ ਜਿਹੜੇ ਉੱਥੇ ਇਹਨੂੰ ਚਲਾ ਰਹੇ ਆ ਸਾਨੂੰ ਉਹਨਾਂ ਦੇ ਉੱਤੇ ਵਿਸ਼ਵਾਸ ਕਰਨਾ ਜਿਹੜਾ ਦੀ ਉਹ ਪਾਊਗਾ ਉਹ ਬੈਸਟ ਕਰ ਰਹੇ ਆ ਔਰ ਯਕੀਨ ਕਰਨਾ ਮੈਂ ਇਹਰ ਦੇ ਉੱਤੇ ਗੱਲ ਕਰ ਉਹ ਬੈਸਟ ਕਰਕੇ ਵੀ ਕਿਸਾਨਾਂ ਨੂੰ ਦੇਣਗੇ ਜੀ ਇੱਕ ਪਾਸੇ ਸ਼ਾਸਨ ਦੂਜੇ ਪਾਸੇ ਅਨੁਸ਼ਾਸਨ ਸੋ ਉਹਨਾਂ ਦਾ ਆਪਸ ਦੇ ਵਿੱਚ ਇਸ ਵੇਲੇ ਇਹ ਮੁਕਾਬਲਾ ਚੱਲ ਰਿਹਾ ਹੈ ਦੇਖਦੇ ਹਾਂ ਕੱਲ ਸੁਪਰੀਮ ਕੋਰਟ ਵੱਲੋਂ ਇਹਦੇ ਬਾਰੇ ਕੀ ਫੈਸਲਾ ਦਿੱਤਾ ਜਾਂਦਾ ਜਾਂ ਕੀ ਵਰਡਿਕਟ ਹੁੰਦਾ ਆਪਨੂੰ ਸਾਹਿਬ ਇਹ ਦੱਸਿਓ ਹੁਣ ਜਿਹੜਾ ਬੇਬੇ ਮਹਿੰਦਰ ਕੌਰ ਜੀ ਵਾਲੀ ਤੁਸੀਂ ਗੱਲ ਪਿਛਲੇ ਹਫਤੇ ਸਾਂਝੀ ਕੀਤੀ ਸੀ ਵੀ ਉਹਨਾਂ ਨੇ ਹੁਣ ਕੰਗਲਾ ਕੰਗਣਾ ਰਣੌਤ ਦੇ ਖਿਲਾਫ ਜਿਹੜੀ ਅਦਾਲਤ ਦੇ ਵਿੱਚ ਕਾਰਵਾਈ ਸ਼ੁਰੂ ਕੀਤੀ ਸੀ ਹੁਣ ਉਹਨਾਂ ਨੇ ਫਰਦਰ ਅੱਜ ਅਦਾਲਤ ਦੇ ਵਿੱਚ ਆਪਣਾ ਬਿਆਨ ਵੀ ਦਰਜ ਕਰਵਾ ਦਿੱਤਾ ਬੇਬੇ ਮਹਿੰਦਰ ਕੌਰ ਜੀ ਨੇ ਬਿਲਕੁਲ ਦੇ ਕੰਗਣਾ ਰਣੌਤ ਨੇ ਜਿਹੜਾ ਸੀਗਾ ਜੀ ਇੱਕ ਟਵੀਟ ਕੀਤਾ ਸੀਗਾ ਜਿੱਥੇ ਇਹ ਸਾਰੀ ਕਹਾਣੀ ਅੱਗੇ ਤੁਰੀਆ ਔਰ ਉਹਨੇ ਉਹ ਇਹ ਬੇਵੇ ਮਹਿੰਦਰ ਕੌਰ ਹਰਾਂ ਦੀ ਫੋਟੋ ਲਾ ਕੇ ਇਹ ਗੱਲ ਕਹੀ ਸੀ ਵੀ ਇਹ ਮਾਈ ਉਹੀ ਆ ਜਿਹੜੀ ਸ਼ਹੀਨ ਬਾਗ ਦੇ ਵਿੱਚ ਬੈਠੀ ਸੀ ਤੇ ਇਹੋ ਜੀਆਂ ਔਰਤਾਂ ਜਿਹੜੀਆਂ 100-100 ਰੁਪਏ ਦਿਹਾੜੀ ਲੈ ਕੇ ਧਰਨੇ ਦੇ ਵਿੱਚ ਸ਼ਾਮਲ ਹੁੰਦੀਆਂ ਨੇ ਜਦੋਂ ਉਹਦੀ ਟ੍ਰੋਲਿੰਗ ਹੋਣ ਲੱਗੀ ਤੇ ਉਹਨੇ ਕੰਗਨਾ ਰਣੌਤ ਨੇ ਇਹ ਟਵੀਟ ਜਿਹੜਾ ਸੀਗਾ ਉਹ ਡਿਲੀਟ ਕਰ ਦਿੱਤਾ ਸੀਗਾ ਪਰ ਉਹਨੇ ਇਹਦੀ ਮਾਫੀ ਨਹੀਂ ਮੰਗੀ ਅੱਜ ਤੱਕ ਉਸ ਗੱਲ ਦੇ ਉੱਤੇ ਅੜੀ ਹੋਈ ਆ ਉਹ ਦੇਖੋ ਸ਼ਾਹੀਨ ਬਾਗ ਵਾਲੀ ਜਿਹੜੀ ਦੀ ਉਹ ਚਾਹੇ ਬਾਨੋ ਕਿਉਂ ਨਾ ਹੋਵੇ ਬੀਬੇ ਭਿੰਦਰਪੁਰ ਕੌਰ ਕਿਉਂ ਨਾ ਹੋਵੇ ਦੋਨੋਂ ਇੱਕ ਏਜ ਦੇ ਵਿੱਚ ਨੇ ਸਾਡੇ ਵਾਸਤੇ ਰਿਸਪੈਕਟਡ ਨੇ ਸਾਡਾ ਇੱਕ ਕਲਚਰ ਹੈ ਕਿ ਅਸੀਂ ਬਜ਼ੁਰਗਾਂ ਨੂੰ ਬਣਦਾ ਸਤਕਾਰ ਦਿੰਨੇ ਆ ਲੋਕੀ ਦਸਾਂ ਦੇ ਵਿੱਚ ਉੱਠ ਕੇ ਖੜੇ ਹੋ ਜਾਂਦੇ ਬਜ਼ੁਰਗ ਦੇ ਵਾਸਤੇ ਜੀ ਤੁਸੀਂ ਇੱਥੇ ਬੈਠੋ ਅਸੀਂ ਸਾਡਾ ਇੱਕ ਕਲਚਰ ਆ ਨਾ ਜੀ ਕਿ ਅਸੀਂ ਉਹਨਾਂ ਨੂੰ ਮਾਨ ਸਤਕਾਰ ਦਿੰਨੇ ਇਹ ਪਤਾ ਨਹੀਂ ਇਹਨੇ ਕਿਹੜੇ ਤਰੀਕੇ ਦੇ ਨਾਲ ਇਹ ਟਿੱਪਣੀ ਬੇਹੂਦਾ ਕਿਸਮ ਦੀ ਜਿਹੜੀ ਦੀ ਉਹ ਕੀਤੀ ਅਚਾ ਫਿਰ ਇਹ ਆ ਕਿ ਤੁਹਾਡੇ ਕੋਲੋ ਗਲਤੀ ਹੋ ਗਈ ਤੇ ਕੋਈ ਗੱਲ ਨਹੀਂ ਤੁਸੀਂ ਉਹ ਕਮ ਸੇ ਕਮ ਸੌਰੀ ਤਾਂ ਉਹਦੀ ਫੀਲ ਕਰ ਸਕਦੇ ਹੋ ਉਹਦੀ ਮਾਫੀ ਤਾਂ ਮੰਗ ਸਕਦੇ ਹੋ ਕਿ ਮੇਰੇ ਤੋਂ ਗਲਤੀ ਦੇ ਨਾਲ ਕਿਹਾ ਗਿਆ ਮੇਰਾ ਮਕਸਦ ਇਹ ਨਹੀਂ ਸੀਗਾ ਜੇ ਤੁਹਾਡੀਆਂ ਫੀਲਿੰਗਸ ਹਰਟ ਹੋਈਆਂ ਨੇ ਤੇ ਮੈਂ ਉਹਦੀ ਮਾਫੀ ਮੰਗਦੀ ਆ ਗਲਤੀ ਇਹ ਨਹੀਂ ਸੀ ਨਾ ਉਹ ਬਜਾਏ ਇਹ ਦੇ ਕਿ ਮਾਫੀ ਮੰਗਣ ਦੇ ਉਹ ਜਸਟੀਫਾਈ ਕਰਦੀ ਰਹੀ ਆਪਣੀ ਗੱਲ ਨੂੰ ਪਿਛਲੇ ਦਿਨ ਹੀ ਕੁਝ ਵਕੀਲਾਂ ਨੇ ਬੀਬੇ ਮਿੰਦਰ ਕੌਰ ਉਹਨਾਂ ਨੂੰ ਲੈ ਕੇ ਕਿਉਂਕਿ ਬਠਿੰਡਾ ਡਿਸਟ੍ਰਿਕਟ ਦੀ ਰਹਿਣ ਵਾਲੀ ਆ ਇਹ ਬੀਬੇ ਮਿੰਦਰ ਕੌਰ ਜਿਹਦੇ ਕੁੱਬ ਪਿਆ ਹੋਇਆ ਕੰਮ ਕਰ ਕਰਕੇ ਨਰਮੇ ਦੇ ਖੇਤਾਂ 'ਚ ਉਹ ਉਹਨੂੰ ਨਾਲ ਲੈ ਕੇ ਜਿਹੜਾ ਸੀਗਾ ਜੀ ਮਾਨਹਾਨੀ ਦਾ ਮੁਕੱਦਮਾ ਦਾਇਰ ਜਿਹੜਾ ਜੀ ਉਹ ਕਰ ਦਿੱਤਾ ਅੱਜ ਬੀਬੇ ਮਿੰਦਰ ਕੌਰ ਦੇ ਜਿਹੜੀ ਸੀ ਉਹਦੀਆਂ ਦਲੀਲਾਂ ਸੁਣਨ ਤੋਂ ਬਾਅਦ ਜਿਹੜਾ ਜੀ ਉਹ ਇੱਕ ਜਿਹੜਾ ਜੱਜ ਸੀਗਾ ਉਹਨਾਂ ਨੇ ਇਹ 14 ਜਨਵਰੀ ਨੂੰ ਦੁਬਾਰਾ ਜਿਹੜਾ ਦੀ ਪੇਸ਼ ਹੋਣ ਦੇ ਵਾਸਤੇ ਆਖਿਆ ਔਰ ਉਸ ਦਿਨ ਇਹ ਜਿਹੜੀ ਪ੍ਰਕਿਰਿਆ ਅੱਗੇ ਚੱਲ ਸਕਦੀ ਹੈ ਔਰ ਕੰਗਨਾ ਰਣੌਤ ਨੂੰ ਸੰਮਣ ਜਾਰੀ ਜਿਹੜਾ ਉਹ ਹੋ ਸਕਦਾ 80 ਵਰਿਆਂ ਦੀ ਬੀਬੇ ਮਹਿੰਦਰਕੌਰ ਦੇ ਬਾਰੇ ਦੇ ਵਿੱਚ ਜਿਹੜਾ ਟਵੀਟ ਕੀਤਾ ਸ਼ਾਇਦ ਕੰਗਨਾ ਰਣੌਤ ਨੇ ਕਦੇ ਨਹੀਂ ਇਹ ਸੋਚਿਆ ਹੋਣਾ ਕਿ ਇੱਕ ਬੀਬੇ ਐਸ ਉਮਰ ਦੀ ਅਨਪੜ ਜਿਹੜੀ ਆ ਜੀ ਉਹ ਏਦਾਂ ਦਾ ਵਕਤ ਵੀ ਕੰਗਨਾ ਰਣੌਤ ਨੂੰ ਜਿਹੜੀ ਦੀ ਉਹ ਪਾ ਸਕਦੀ ਹੈ ਕਿਉਂਕਿ ਇਸ ਟਵੀਟ ਦੇ ਨਾਲ ਇੱਕ ਕਿਸਮ ਦੇ ਨਾਲ ਜਿਹੜੀ ਫਿਲਮ ਇੰਡਸਟਰੀ ਆ ਉਹ ਵੀ ਵੰਡੀ ਗਈ ਇਹਦੇ ਵਿੱਚ ਇੱਕ ਜਿਹੜੇ ਪੰਜਾਬੀ ਸਿੰਗਰ ਨੇ ਉਹਨੇ ਟਵੀਟ ਤੇ ਟਵੀਟ ਜਿਹੜਾ ਦੀ ਉਹ ਕੀਤੇ ਬੇਸ਼ੱਕ ਬਹੁਤ ਸਾਰੇ ਬਾਲੀਵੁੱਡ ਅਦਾਕਾਰਾਂ ਨੇ ਖੁਦ ਟਵੀਟ ਤਾਂ ਨਹੀਂ ਕੀਤੇ ਪਰ ਇੰਨਾ ਸੀਗਾ ਕਿ ਉਹਨਾਂ ਨੇ ਇਸ ਚੀਜ਼ ਨੂੰ ਪ੍ਰਮੋਟ ਜ਼ਰੂਰ ਕੀਤਾ ਕੰਗਨਾ ਰਣੌਤ ਦੇ ਖਿਲਾਫ ਜੇ ਕੋਈ ਬੋਲ ਰਿਹਾ ਤੇ ਉਹਨੂੰ ਹਵਾ ਜੜੀ ਦੀ ਉਹ ਪੂਰੀ ਦੀ ਪੂਰੀ ਭਰੀ ਜਾਵੇ ਕਿਉਂ ਭਰੀ ਜਾਵੇ ਇਹ ਸਭ ਨੂੰ ਪਤਾ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਵਾਲੇ ਮਾਮਲੇ ਦੇ ਉੱਤੇ ਇੰਨਾ ਕੁਛ ਕੰਗਨਾ ਰਣੌਤ ਨੇ ਫਿਲਮ ਇੰਡਸਟਰੀ ਦੇ ਵਿੱਚ ਫਿਲਮਾਂ ਵਾਲਿਆਂ ਦੇ ਪ੍ਰਤੀ ਜਿਹੜਾ ਜੀ ਬੋਲਿਆ ਜਿੰਨਾ ਕੁਝ ਬੋਲਿਆ ਮੇਰੇ ਖਿਆਲ ਐਂਡੀ ਜੜੀ ਦੀ ਉਹ ਕਰ ਦਿੱਤਾ ਉਹਨਾਂ ਨੂੰ ਉਸ ਗੱਲ ਦਾ ਗੁੱਸਾ ਸੀ ਉਹਨਾਂ ਨੇ ਉਦੋਂ ਕਿਸੇ ਕਿਸਮ ਦਾ ਰਿਐਕਟ ਨਹੀਂ ਕੀਤਾ ਪਰ ਜਦੋਂ ਇੱਕ ਜਿਹੜਾ ਜੀ ਆਪਣੇ ਸਿੰਗਰ ਹੈ ਉਹ ਫਿਲਮੀ ਅਦਾਕਾਰ ਵੀ ਹੈ ਜਦੋਂ ਉਹਨੇ ਇਹਦੇ ਨਾਲ ਪੰਗਾ ਲਿਆ ਤੇ ਉਹਨੂੰ ਪ੍ਰਮੋਟ ਕਰਦੇ ਉਹ ਜ਼ਰੂਰ ਜਿਹੜਾ ਜੀ ਉਹ ਦੱਸੇ 14 ਜਨਵਰੀ ਨੂੰ ਜਿਹੜੀ ਦੀ ਉਹ ਤੈਅ ਕਰੂਗੀ ਕਿ ਕੰਗਰਾਂ ਰਨੌਤ ਨੂੰ ਸੰਭਣ ਜਾਣੀ ਹੁੰਦਾ ਜਿਹਦੇ ਚਾਂਸਸ ਨੇ ਬਹੁਤ ਕਿ ਹੋਊਗਾ ਜੀ ਅੱਛਾ ਪੰਨੂ ਸਾਹਿਬ ਜਿਹੜਾ ਵੀਕੈਂਡ ਤੇ ਕਰਨਾਲ ਦੇ ਵਿੱਚ ਮਨੋਰ ਲਾਲ ਖੱਟੜ ਵੱਲੋਂ ਸਮਾਗਮ ਕੀਤਾ ਜਾਣਾ ਸੀ ਜਿਹੜੇ ਇੱਕ ਲਗਾਓ ਵੀ ਮੈਨੂਫੈਕਚਰਡ ਰੈਲੀ ਸੀ ਉਹ ਚ ਕਹਿੰਦੇ ਪਤਾ ਨਹੀਂ ਕਿੱਥੋਂ ਕਿਸਾਨ ਆਉਣੇ ਸੀ ਜਿਹੜੇ ਕਿ ਹਮੈਤੀ ਹੋਣੀ ਸੀ ਇਸ ਸਾਰੇ ਕਾਨੂੰਨ ਦੇ ਇਹਨਾਂ ਕਾਨੂੰਨਾਂ ਦੇ ਹੁਣ ਉੱਥੇ ਜਿਹੜਾ ਵਿਗਨ ਪਿਆ ਉਸ ਤੋਂ ਬਾਅਦ ਕਿੰਨੇ ਕਿਸਾਨਾਂ ਤੇ ਮਾਮਲਾ ਦਰਜ ਹੋਇਆ ਜੀ 900 ਲਗਭਗ 900 ਜਣਾਂ ਤੇ ਪਰਚਾ ਦਰਜ ਕੀਤਾ ਪੁਲਿਸ ਨੇ ਬਿਲਕੁਲ ਐਕਚੁਅਲੀ ਵੀਰੇ ਦੀ ਇੱਕ ਦੇ ਕਿਉਂਕਿ ਇਹਨੇ ਦੋ ਤਿੰਨ ਚੀਜ਼ਾਂ ਬੜੀਆਂ ਜਿਹੜੀਆਂ ਉਹ ਵੱਖਰੀਆਂ ਕੀਤੀਆਂ ਉਹ ਇਹ ਕੀਤੀਆਂ ਕਿ ਇੱਕ ਤਾਂ ਮਨੋਰ ਲਾਲ ਖੱਟਰਹੂਰੀ ਕਹਿੰਦੇ ਸੀਗੇ ਕਿ ਹਰਿਆਣੇ ਦੇ ਕਿਸਾਨ ਇਸ ਐਜੀਟੇਸ਼ਨ ਦੇ ਵਿੱਚ ਨਹੀਂ ਹੈਗੇ ਹੂੰ ਕਹਿੰਦੇ ਇਹ ਤਾਂ ਪੰਜਾਬ ਵਾਲੇ ਨੇ ਜਿਹੜੇ ਐਜੀਟੇਸ਼ਨ ਕਰ ਰਹੇ ਆ ਇਹੀ ਨਹੀਂ ਪਤਾ ਲੱਗਿਆ ਕਿ ਐਡੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਸੀਗੇ ਉਹ ਕੈਮਲਾ ਪਿੰਡ ਦੇ ਵਿੱਚ ਕਿਵੇਂ ਆ ਗਏ ਇਹ ਕਰਨਾਲ ਡਿਸਟ੍ਰਿਕਟ ਦੇ ਵਿੱਚ ਜਿਹੜਾ ਦੀ 메ਨ ਸੜਕ ਤੋਂ ਕੋਈ ਬਹੁਤਾ ਹਟਵਾ ਨਹੀਂਗਾ ਤੜਾ ਦੀ ਉਹ ਹੈਗਾ ਜੀ ਤੇ ਕੈਮਲਾ ਪਿੰਡ ਦੇ ਵਿੱਚ ਜਦੋਂ ਇਹ ਕਿਸਾਨ ਪਹੁੰਚੇ ਤੇ ਜਿਹੜੀਆਂ ਸੜਕਾਂ ਰੈਲੀ ਦੇ ਰਾਹ ਨੂੰ ਜਾਂਦੀਆਂ ਸੀ ਉੱਥੇ ਬਹੁਤ ਵੱਡੇ ਵੱਡੇ ਵਹੀਕਲ ਖੜੇ ਕਰਤੇ ਸੀ ਪ੍ਰਸ਼ਾਸਨ ਨੇ ਵੀ ਟਰੈਕਟਰ ਟਰਾਲੀਆਂ ਨਾਲ ਆ ਸਕਣ ਹੂੰ ਹੂੰ ਕਿਸਾਨ ਟਰੈਕਟਰ ਟਰਾਲੀਆਂ ਤੇ ਆਏ ਨਹੀਂ ਜਿਹੜੇ ਪਿੰਡ ਵਾਲੇ ਸੀਗੇ ਜਦੋਂ ਉੱਥੇ ਪਿੰਡ 'ਚ ਪਹੁੰਚ ਗਏ ਤੇ ਪਿੰਡ ਵਾਲਿਆਂ ਨੇ ਗੜੀਆਂ ਰਾਹੀਂ ਆਪਣੇ ਘਰਾਂ ਦੇ ਵਿੱਚੋਂ ਦੀ ਇਹਨਾਂ ਨੂੰ ਕੱਢਿਆ ਇਹ ਕਿਹਾ ਉਹ ਤੁਹਾਨੂੰ ਦੱਸਦੇ ਸੀ ਕਿੱਧਰ ਦੀ ਰਾਹ ਜਿਹੜਾ ਦੀ ਜਾਂਦਾ ਤੇ ਇਹ ਡਾਂਡੇ ਮਿੰਡੇ ਹੋ ਕੇ ਜਿਹੜਾ ਸੀ ਉਹ ਪਹਿਲਾਂ ਪਹੁੰਚ ਗਏ ਜਿੱਥੇ ਮਨੋਹ ਲਾਲ ਖੱਟੜ ਹੋਰਾਂ ਦਾ ਹੈਲੀਕਾਪਟਰ ਜਿਹੜਾ ਜੀ ਉਹ ਉਤਰਨਾ ਸੀ ਉਹ ਹੈਲੀਪੈਡ ਦੇ ਉੱਤੇ ਕਬਜ਼ਾ ਕਰ ਲਿਆ ਹੈਲੀਪੈਡ ਦੇ ਉੱਤੇ ਜਦੋਂ ਕਬਜ਼ਾ ਹੋਇਆ ਤੇ ਉਸ ਤੋਂ ਪਹਿਲਾਂ ਬਹੁਤ ਸਾਰੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਅਥਰੂ ਗੈਸ ਦੇ ਗੋਲੇ ਇਹਨਾਂ ਤੇ ਛੁੱਟੇ ਗਏ ਪਾਣੀ ਦੀਆਂ ਵਿਚਾਰਾਂ ਮਾਰੀਆਂ ਗਈਆਂ ਕਿਉਂਕਿ ਪਾਣੀ ਦੀਆਂ ਵਿਚਾਰਾਂ ਮਾਰਨ ਵਾਲੀਆਂ ਗੱਡੀਆਂ ਖੜੀਆਂ ਸੀ ਸੜਕ ਤੇ ਇਹ ਹੋ ਗਏ ਦੀ ਵਟਾਂ ਥਣੀ ਤਾਂ ਇਸ ਕਰਕੇ ਉਹ ਬਹੁਤ ਦੂਰ ਰਹਿ ਗਈਆਂ ਉੱਥੋਂ ਤੱਕ ਮਾਰ ਹੀ ਨਹੀਂ ਸੀ ਜਾਂਦੀ ਕੋਸ਼ਿਸ਼ ਕੀਤੀ ਪੂਰੀ ਜਦੋਂ ਹੈਲੀਪੈਡ ਤੇ ਕਬਜ਼ਾ ਹੋ ਗਿਆ ਤੇ ਪੁਲਿਸ ਉੱਥੇ ਗਈ ਭੱਜ ਕੇ ਜਦੋਂ ਹੈਲੀਪੈਡ ਦੇ ਆਲੇ-ਦੁਆਲੇ ਪੁਲਿਸ ਖੜੀ ਹੋਈ ਤੇ ਇੱਕ ਦੂਜਾ ਗਰੁੱਪ ਜਿਹੜਾ ਇੰਨੀ ਤੇਜ਼ੀ ਦੇ ਨਾਲ ਏਡਾ ਵੱਡਾ ਉਹ ਪਿੱਛੋਂ ਆਇਆ ਕਿ ਉਹਨੇ ਜਾ ਕੇ ਇਹ ਜਿਹੜੀ ਰੈਲੀ ਵਾਲੀ ਸਟੇਜ ਸੀ ਉਹਦੇ ਉੱਤੇ ਕਬਜ਼ਾ ਕਰ ਲਿਆ ਉੱਥੇ ਤੋੜਪੰਨ ਕੀਤੀ ਕੁਰਸੀਆਂ ਜਿਹੜੀਆਂ ਉਹ ਤੋੜ ਦਿੱਤੀਆਂ ਗਈਆਂ ਜਿਹੜਾ ਸਾਊਂਡ ਸਿਸਟਮ ਸੀ ਉਹ ਤੋੜ ਦਿੱਤਾ ਗਿਆ ਸਾਰੇ ਪੋਸਟਰ ਜਿਹੜੇ ਸੀ ਉਹ ਪਾੜ ਦਿੱਤੇ ਅਜਿਹਾ ਦੇਖੋ ਜੇ ਬਾਹਰ ਖੜੋ ਕੇ ਕਰੀ ਜਾਂਦੇ ਤਾਂ ਉਹ ਬਿਹਤਰ ਸੀਗਾ ਕਿਉਂਕਿ ਇਦਾਂ ਦੀਆਂ ਘਟਨਾਵਾਂ ਤੋਂ ਬਚਣਾ ਚਾਹੀਦਾ ਪਰ ਇਹਦਾ ਇੱਕ ਦੂਜਾ ਪੱਖ ਇਹ ਆ ਕਿ ਕਿਸਾਨਾਂ ਦੇ ਵਿੱਚ ਇੱਕ ਜਿਹੜੀ ਕਿਸਾਨ ਕੌਮ ਹੈ ਇਹ ਤੁਹਾਨੂੰ ਪਤਾ ਕਿਸ ਤਰ੍ਹਾਂ ਦੀ ਹੈ ਵੀ ਥਾਪੀ ਮਾਰ ਕੇ ਤਾਂ ਕਿਸੇ ਨੂੰ ਨੀ ਨਾ ਕੁਝ ਕਰਨ ਦਿੰਦੀ ਹੂੰ ਹੂੰ ਤਾਂ ਇਹ ਤਾਂ ਇਹ ਤਾਂ ਸਹਿ ਹਲਦੇ ਹੋ ਜਾਂਦੇ ਮੈਂ ਸਹਿ ਹਲਦਾ ਜੀ ਗਾਓ ਮਾਰ ਕੇ ਦਿਖਾਓ ਉਹਨੂੰ ਸਹਿ ਹਲ ਨੂੰ ਤਾਂ ਜਦੋਂ ਉੱਥੋਂ ਦਾ ਮੁੱਖ ਮੰਤਰੀ ਇਹ ਕਹੇ ਵੀ ਸਰਕਾਰੀ ਕਿਸਾਨ ਸੰਮੇਲਨ ਹੋ ਰਿਹਾ ਇਹ ਤਾਂ ਹੋ ਕੇ ਰਹੂਗਾ ਤੇ ਫਿਰ ਜਿਹੜਾ ਦੀ ਉਹ ਕਿਸਾਨਾਂ ਨੇ ਵੀ ਇਹਨੂੰ ਲੈ ਲਿਆ ਵੀ ਠੀਕ ਹੈ ਅਸੀਂ ਜੜਾਰੀ ਉਹ ਹੋਣ ਨਹੀਂ ਦੇਵਾਂਗੇ ਹੁਣ ਇਹ ਪ੍ਰੋਗਰਾਮ ਦੇ ਵਿੱਚ ਖਲਲ ਪਾਉਣ ਦੇ ਵਾਸਤੇ 900 ਲੋਕਾਂ ਦੇ ਤੇ ਐਫ ਆਈ ਆਰ ਦਰਜ ਜਿਹੜੀ ਹੈ ਜੀ ਉਹ ਕੀਤੀ ਗਈ ਆ ਇਹਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਹਰਿਆਣੇ ਦੇ ਜਿਹੜੇ ਪ੍ਰਧਾਨ ਨੇ ਗੁਰਨਾਮ ਸਿੰਘ ਚੜੂਨੀ ਉਹਨਾਂ ਦੇ ਸਣੇ 71 ਲੋਕ ਜਿਹੜੇ ਆ ਜੀ ਉਹ ਨਾਮਜ਼ਦ 22 ਨੇਮ ਕਿਤੇ ਜਿਹੜਾ ਦੀ ਉਹ ਗਏ ਆ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਧਿਕਾਰੀ ਇਹ ਕਹਿੰਦੇ ਆ ਕਿ ਅਸੀਂ ਵੀਡੀਓ ਵੇਖ ਰਹੇ ਹਾਂ ਹੰਗਾਮੇ ਦੀਆਂ ਉਸ ਤੋਂ ਬਾਅਦ ਐਫ ਆਈ ਆਰ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦੀ ਗਿਣਤੀ ਹੋਰ ਜਿਹੜੀ ਆ ਉਹ ਵੱਧ ਸਕਦੀ ਹੈ ਜਿਹੜੇ ਮਨੋਰ ਲਾਲ ਖੱਟਰ ਨੇ ਜਦੋਂ ਇਹ ਸਾਰਾ ਕੁਝ ਹੋ ਗਿਆ ਤੇ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਚੰਡੀਗੜ੍ਹ ਦੇ ਵਿੱਚ ਕਰ ਰਹੀ ਸੀ ਗੁਰਨਾਮ ਸਿੰਘ ਚਡੂਣੀ ਉਹਨਾਂ ਦਾ ਨਾਮ ਉਹਨਾਂ ਨੇ ਸਿਦਮ ਸਿਦਾਰਾ ਜੀ ਲਿਆ ਕੇ ਉਹਨਾਂ ਨੇ ਉਕਸਾ ਕੇ ਲੋਕਾਂ ਨੂੰ ਉਹਨਾਂ ਦੀ ਗੱਲ ਜਿਹੜਾ ਦੀ ਉਹ ਪੋਆਇਆ ਔਰ ਇਹਦਾ ਅਸਰ ਜਿਹੜਾ ਇੰਨਾ ਹੋ ਗਿਆ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਆਗੂ ਨੇ ਮੰਤਰੀ ਨੇ ਉਹ ਡਰ ਗਏ ਹਰਿਆਣੇ ਦੇ ਵਿੱਚ 26 ਜਨਵਰੀ ਨੂੰ ਝੰਡਾ ਜਿਹੜਾ ਚੁਲਾਇਆ ਜਾਣਾ ਜਿਹੜਾ ਫਲੈਗ ਸੈਰਮਨੀ ਹੁੰਦੀ ਆ ਔਰ ਇਹ ਤੋਂ ਮੰਤਰੀ ਜਿਹੜੇ ਦੀ ਉਹ ਡਰ ਰਹੇ ਆ ਔਰ ਉੱਥੇ ਡਿਪਟੀ ਕਮਿਸ਼ਨਰ ਜਿਹੜੇ ਨੇ ਜੀ ਉਹਨਾਂ ਨੂੰ ਭੇਜਿਆ ਜਾ ਰਿਹਾ ਵੀ ਤੁਸੀਂ ਝੰਡਾ ਜਿਹੜਾ ਉਹ ਚੁਲਾ ਦਿਓ ਕਿਉਂਕਿ ਹਰਿਆਣੇ ਦੇ ਵਿੱਚ ਸਿਰਫ ਹਰਿਆਣੇ ਦੀ ਕਿਸਾਨ ਜਥੇਬੰਦੀ ਨੇ ਇਹਨੂੰ ਕਿਸਾਨ ਜਥੇਬੰਦੀਆਂ ਦਾ ਫੈਸਲਾ ਲੈਣਾ ਹਰਿਆਣੇ ਦੀ ਕਿਸਾਨ ਜਥੇਬੰਦੀ ਨੇ ਕਿਹਾ ਵੀ ਅਸੀਂ ਕਿਸੇ ਮੰਤਰੀ ਨੂੰ ਕਿਸੇ ਜਿਹੜਾ ਦੀ ਜਿਹੜੇ ਮੁੱਖ ਮੰਤਰੀ ਨੂੰ ਜੇ ਉਹ ਹਰਿਆਣਾ ਦੇ ਵਿੱਚ ਜਿਹੜਾ ਦੀ ਉਹ ਝੰਡਾ ਚਲਾਉਂਦੇ ਤੇ ਅਸੀਂ ਉਹਨਾਂ ਨੂੰ ਝੰਡਾ ਨਹੀਂ ਜਿਹੜਾ ਉਹ ਚਲਾਉਣ ਦੇਵਾਂਗੇ ਇਹਨੇ ਇੱਕ ਬਹੁਤ ਵੱਡੀ ਦਹਿਸ਼ਤ ਜਿਹੜੀ ਹੈ ਦੀ ਉਹ ਪਾ ਦਿੱਤੀ ਆ ਆਗੂਆਂ ਦੇ ਵਿੱਚ ਜੀ ਅਜਾਪਨੂ ਸਾਹਿਬ ਜਿਹੜੇ ਕੋਰੋਨਾ ਵਾਇਰਸ ਦੀ ਵੈਕਸੀਨ ਦਾ ਟੀਕਾ ਕਰਨਾ 16 ਤਰੀਕ ਤੋਂ ਸ਼ੁਰੂ ਹੋਣਾ ਪਰ ਪੰਜਾਬ ਨੇ ਤੇ ਛੱਤੀਸਗੜ੍ਹ ਨੇ ਮਨਾ ਕਰ ਦਿੱਤਾ ਵੀ ਅਸੀਂ ਵੈਕਸੀਨੇਸ਼ਨ ਵਾਲਾ ਕੰਮ ਹਲੇ ਨਹੀਂ ਸ਼ੁਰੂ ਕਰਨਾ ਚਾਹੁੰਦੇ ਇਕੋ ਅੱਜ ਪ੍ਰਧਾਨ ਮੰਤਰੀ ਜਿਹੜੇ ਨਰਿੰਦਰ ਮੋਦੀ ਜੀ ਹੋਰਾਂ ਨੇ ਜਿਹੜੀ ਆ ਉਹ ਇਹਦੇ ਸੰਬੰਧੀ ਬਕਾਇਦਾ ਤੌਰ ਤੇ ਐਲਾਨ ਕੀਤਾ ਕਿ ਦਿੱਲੀ ਸਣੇ ਜਿਹੜੇ ਬਹੁਤੇ ਰਾਜ ਨੇ ਉਹਨਾਂ ਦੇ ਵਿੱਚ ਵੈਕਸੀਨ ਜਿਹੜੀ ਦੀ ਉਹ ਪਹੁੰਚੂਗੀ ਪਰਸੋਂ ਤੱਕ ਹਮਮ ਔਰ ਜ਼ਿਆਦਾਤਰ ਰਾਜਾਂ ਦੇ ਵਿੱਚ ਪੁਣੇ ਤੋਂ ਬਣੀ ਹੋਈ ਸੀਰਮ ਇੰਸਟੀਚਿਊਟ ਆਫ ਇੰਡੀਆ ਦੀ ਵੈਕਸੀਨ ਜਿਹੜੀ ਆ ਕੋਵੀ ਸ਼ੀਲਡ ਉਹ ਅਵੇਲੇਬਲ ਹੋਊਗੀ ਪੁਣੇ ਦੇ ਵਿੱਚ 80% ਵੈਕਸੀਨ ਟਰਾਂਸਪੋਰਟ ਫਲਾਈਟਸ ਤੇ ਵਿਸ਼ੇਸ਼ ਜਿਹੜੀਆਂ ਫਲਾਈਟਾਂ ਨੇ ਉਹਨਾਂ ਦੇ ਰਾਹੀਂ ਪਹੁੰਚੂਗੀ ਸਰਕਾਰ ਜਿਹੜੀ ਹੈ ਜੀ ਉਹ ਕੋਵਿਸ਼ੀਲ ਤੇ ਕੋਵੈਕਸੀਨ ਦੋਨਾਂ ਦੇ ਡੋਸ ਜਿਹੜੇ ਆ ਉਹ ਰਾਜਾਂ ਨੂੰ ਅਵੇਲੇਬਲ ਕਰਵਾਊਗੀ ਫਿਲਹਾਲ ਛੱਤੀਸਗੜ੍ਹ ਤੇ ਪੰਜਾਬ ਇਸ ਤਰ੍ਹਾਂ ਦੇ ਰਾਜ ਨੇ ਜਿਨ੍ਹਾਂ ਨੇ ਇਹ ਗੱਲ ਸਾਫ਼ ਕੀਤੀ ਹੈ ਕਿ ਕੋਵੈਕਸੀਨ ਦਾ ਡੋਸ ਉਹ ਨਹੀਂ ਲਵਾਉਣਗੇ ਉਹ ਵੈਕਸੀਨ ਜਿਹੜੀ ਹੈਗੀ ਹੈ ਦੀ ਇਹ ਉਹ ਨਹੀਂ ਉਹਨਾਂ ਨੇ ਕਿਹਾ ਕਿ ਜਿੰਨੀ ਦੇਰ ਤੱਕ ਅਜੇ ਸਾਡੇ ਕੁਝ ਕੁਐਸਚਨ ਨੇ ਉਹ ਪੂਰੇ ਨਹੀਂ ਹੋ ਜਾਂਦੇ ਅਸੀਂ ਆਪਣੇ ਰਾਜਾਂ ਦੇ ਵਿੱਚ ਨਹੀਂ ਆਉਣ ਦੇਣੀ ਫੇਜ਼ 3 ਜਿਹੜਾ ਉਹ ਟ੍ਰਾਇਲ ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਹੀ ਇਹ ਦੇ ਬਾਰੇ ਰਾਜਾਂ ਨੇ ਕਿਹਾ ਕਿ ਅਸੀਂ ਇਹਦਾ ਫੈਸਲਾ ਲਵਾਂਗੇ ਕਿਉਂਕਿ ਇਹ ਇਸ ਤਰ੍ਹਾਂ ਦੀ ਵੈਕਸੀਨ ਹੈ ਜਿਹਦਾ ਇਹ ਫੇਜ਼ 3 ਦਾ ਜਿਹੜਾ ਟ੍ਰਾਇਲ ਆ ਉਹ ਕੰਪਲੀਟ ਨਹੀਂ ਹੋਇਆ ਡਰੱਗ ਰੈਗੂਲੇਟਰੀ ਇਹ ਰੈਗੂਲੇਟਰ ਜਿਹੜੇ ਨੇ ਉਹਨਾਂ ਫੇਜ਼ 1 ਤੇ ਫੇਜ਼ 2 ਦੇ ਨਤੀਜਿਆਂ ਦੇ ਆਧਾਰ ਦੇ ਉੱਤੇ ਕੋਵੈਕਸਿਨ ਨੂੰ ਐਮਰਜੈਂਸੀ ਮਨਜ਼ੂਰੀ ਜਿਹੜੀ ਆ ਜੀ ਉਹ ਦਿੱਤੀ ਆ ਔਰ ਇਹਦੇ ਫੇਜ਼ 3 ਟਰਾਇਲਸ ਪੂਰੇ ਦੇਸ਼ ਦੇ ਵਿੱਚ 25 ਸਾਈਟਸ ਦੇ ਉੱਤੇ ਜਿਹੜੇ ਜੀ ਉਹ ਚੱਲ ਰਿਹਾ ਹ ਹ ਜਿਹੜੀ ਇੰਡੀਆ ਦੇ ਵਿੱਚ ਬਣਨ ਵਾਲੀ ਇਹ ਵੈਕਸੀਨੇਸ਼ਨ ਡਰਾਈਵ ਜਿਹੜੀ ਆ ਇੰਡੀਆ ਦੀ ਜਿਹੜੀ ਵੈਕਸੀਨੇਸ਼ਨ ਡਰਾਈਵ ਆ ਇਹ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਰੈਡੀ ਦੀ ਉਹ ਕਹੀ ਜਾ ਰਹੀ ਆ 16 ਜਨਵਰੀ ਤੋਂ ਸ਼ੁਰੂ ਹੋਊਗੀ ਪਹਿਲੇ ਫੇਜ਼ ਦੇ ਵਿੱਚ 3 ਕਰੋੜ ਹੈਲਥ케ਅਰ ਤੇ ਫਰੰਟਲਾਈਨ ਵਰਕਰਸ ਜਿਹੜੇ ਉਹਨਾਂ ਨੂੰ ਵੈਕਸੀਨ ਲੱਗੂਗੀ ਇਹਦੇ ਵਿੱਚ 1 ਕਰੋੜ ਹੈਲਥ ਵਰਕਰਸ ਤੇ 2 ਕਰੋੜ ਬਾਕੀ ਜਿਹੜੇ ਫਰੰਟਲਾਈਨ ਵਰਕਰਸ ਨੇ ਉਹ ਸ਼ਾਮਲ ਨੇ ਜੀ ਇਹ ਤੋਂ ਬਾਅਦ 27 ਕਰੋੜ ਹਾਈ ਰਿਸਕ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਇਹ ਵੈਕਸੀਨ ਜਿਹੜੀ ਆ ਦੀ ਉਹ ਲਾਈ ਜਾਊਗੀ ਹਰ ਸ਼ੀਸ਼ੀ ਦੇ ਉੱਤੇ ਬ੍ਰਾਂਡ ਜਿਹੜਾ ਦੀ ਉਹਦਾ ਨਾਮ ਲਿਖਿਆ ਹੋਇਆ ਹੋਊਗਾ ਪਰ ਜਿਸ ਕਿਸਮ ਦੇ ਨਾਲ ਰਾਜਾਂ ਨੇ ਦੋ ਰਾਜਾਂ ਨੇ ਹਾਲਾਂਕਿ ਇਹਦੇ ਤੋਂ ਨਾ ਕੀਤੀ ਆ ਇਦੇ ਨਾਲ ਇੱਕ ਨੈਗੇਟਿਵ ਮੈਸੇਜ ਤਾਂ ਜਿਹੜਾ ਜੀ ਉਹ ਜਾਊਗਾ ਵੇਖਿਆ ਜਾਵੇ ਤਾਂ ਇਹਨਾਂ ਦੋ ਜਿਹੜੇ ਰਾਜ ਨੇ ਪੰਜਾਬ ਇਹਦੇ ਵਿੱਚ ਤੇ ਛਤੀਸਗੜਾ ਉਹਨਾਂ ਦੇ ਜਿਹੜੇ ਪੁਆਇੰਟ ਨੇ ਉਹ ਵੈਲਿਡ ਨੇ ਕਿ ਤੁਸੀਂ ਇਹਦੇ ਇਹਦੇ ਜਿਹੜੇ ਟ੍ਰਾਇਲ ਜਿਹੜੇ ਨੇ ਉਹ ਮੁਕੰਮਲ ਹੋ ਲੈਣ ਦਿਓ ਫਿਰ ਤੁਸੀਂ ਇਹ ਇਹਨੂੰ ਜਿਹੜਾ ਜੀ ਲੋਕਾਂ ਦੇ ਵਾਸਤੇ ਲਿਆਓ ਅਜੇ ਫੇਜ਼ 3 ਦਾ ਟ੍ਰਾਇਲ ਕੰਪਲੀਟ ਨਹੀਂ ਹੋਇਆ ਤੁਸੀਂ ਪਹਿਲਾਂ ਹੀ ਲੋਕਾਂ ਦੇ ਵਾਸਤੇ ਕਿਉਂ ਲਿਆ ਰਹੇ ਹੋ ਹੋ ਸਕਦਾ ਹੈ ਕਿ ਇਹਦੇ ਕੋਈ ਸਾਈਡ ਇਫੈਕਟਸ ਨਾ ਹੋਣ ਇਹਨਾਂ ਰਾਜਾਂ ਦਾ ਇੱਕ ਕੰਸਰਨ ਹੈ ਜੀ ਅੱਛਾ ਪਰ ਤੁਸੀਂ ਨਹੀਂ ਜਾਣਦੇ ਕਿ ਦਸੋ ਵੀ ਜਿਹੜਾ ਸਿੰਘੂ ਸਰਹੱਦ ਦੇ ਉੱਪਰ ਸੱਤ ਨੌਜਵਾਨ ਨੇ ਜਿਨ੍ਹਾਂ ਨੇ ਕਿ ਬੱਚਿਆਂ ਵਾਸਤੇ ਮੁਫਤ ਦਾ ਸਕੂਲ ਉੱਥੇ ਸ਼ੁਰੂ ਕਰ ਦਿੱਤਾ ਜੀ ਦੇਖੋ ਇਹ ਇਹ ਕਿੰਨਾ ਚੋ ਕੋਈ ਐਮਏ ਹੈ ਕਿਸੇ ਨੇ ਪੀਐਚਡੀ ਜਿਹੜੀ ਆ ਜੀ ਉਹ ਕੀਤੀ ਹੋਈ ਆ ਹਾਈਲੀ ਐਜੂਕੇਟਿਡ ਨੇ ਜੀ ਇਹ ਇਹ ਨਹੀਂ ਹੈਗਾ ਕਿ ਉਂਝੀ ਲਾ ਕੇ ਬਹਿ ਗਏ ਸੜਕ ਦੇ ਉੱਤੇ ਇਹ ਦਿਨ ਭਰ ਜਿਹੜਾ ਦੀ ਉਹ ਪ੍ਰਦਰਸ਼ਨ ਕਰਦੇ ਆ ਔਰ ਉਹਨਾਂ ਨੇ ਇੱਕ ਜਿਹੜਾ ਤੰਬੂ ਆ ਉਹਨੂੰ ਵੱਡੇ ਸਕੂਲ ਦੇ ਰੂਪ ਦੇ ਵਿੱਚ ਸੈਟਅਪ ਕਰਤਾ KFC ਮਾਲ ਪੈਂਦਾ ਇੱਥੇ ਔਰ ਉਹਦੇ ਬਿਲਕੁਲ ਸਾਹਮਣੇ ਟੈਂਟ ਦੇ ਅੰਦਰ ਜੇ ਤੁਸੀਂ ਜਾਓ ਤੇ ਬਹੁਤ ਸਾਰੇ ਬੱਚੇ ਲਾਈਨਾਂ ਦੇ ਵਿੱਚ ਕਤਾਰਾਂ ਦੇ ਵਿੱਚ ਪ੍ਰੋਪਰ ਤਰੀਕੇ ਦੇ ਨਾਲ ਇੱਕ ਕਲਾਸ ਰੂਮ ਵਾਂਗੂ ਬੈਠੇ ਜਿਹੜੇ ਆ ਜੀ ਉਹ ਦੇਖਦੇ ਆ ਤੇ ਜੇ ਕੋਈ ਅੰਦਰ ਜਾਣਾ ਚਾਹੇ ਤੇ ਉਹ ਕਹਿੰਦੇ ਜੀ ਜੁੱਤੀ ਲਾਓ ਪਹਿਲਾਂ ਬਾਹਰ ਹੂੰ ਹੂੰ ਕਿਉਂਕਿ ਸਕੂਲ ਦੇ ਵਿੱਚ ਜੁੱਤੀ ਪਾ ਕੇ ਇਸ ਕਲਾਸਰੂਮ ਦੇ ਵਿੱਚ ਤੁਸੀਂ ਨਹੀਂ ਜਾ ਸਕਦੇ ਤੇ ਰਜਿਸਟਰ ਦੇ ਵਿੱਚ ਐਂਟਰੀ ਕਰੋ ਕਿ ਤੁਸੀਂ ਕਿਉਂ ਆਏ ਹੋ ਤੇ ਸਕੂਲ ਦੇ ਅੰਦਰ ਕਿਉਂ ਜਿਹੜਾ ਜੀ ਉਹ ਆਉਣਾ ਚਾਹੁੰਦੇ ਹੋ 150 ਬੱਚਾ ਇੱਥੇ ਪੜ੍ਹਾਈ ਕਰ ਰਿਹਾ 150 ਬੱਚਾ ਔਰ ਜਿਹੜੇ ਵਾਰੀ-ਵਾਰੀ ਕਲਾਸਸ ਜਿਹੜੀਆਂ ਦੀ ਉਹ ਲੱਗ ਰਹੀਆਂ ਨੇ ਦੋ-ਦੋ ਟੀਚਰ ਨੇ ਜਿਹੜੇ ਕਿ ਇਹਨਾਂ ਦੀਆਂ ਕਲਾਸਸ ਲੈ ਰਹੇ ਆ ਜੀ ਡਿਫਰੈਂਟ ਸਬਜੈਕਟ ਜਿਹੜੇ ਦੀ ਉਹ ਇਹਨਾਂ ਨੂੰ ਪੜ੍ਹਾਏ ਜਾ ਰਹੇ ਆ ਇਹਦੇ ਵਿੱਚ ਬੱਚਿਆਂ ਨੂੰ ਜਿਹੜਾ ਸੈਲਫ ਕੌਨਫੀਡੈਂਸ ਹੈ ਸਾਹਮਣੇ ਆ ਕੇ ਬੋਲਣਾ ਗਾਣਾ ਗਾਉਣਾ ਡਾਂਸ ਕਰਨਾ ਜਾਂ ਜਿਹੜੇ ਡਿਫਰੈਂਟ ਸਬਜੈਕਟ ਨੇ ਉਹ ਪੜਾਏ ਜਾ ਰਹੇ ਨੇ ਔਰ ਇਹ ਇਹਦੇ ਵਿੱਚ ਹਰਿਆਣਾ ਪੰਜਾਬ ਤੋਂ ਇਲਾਵਾ ਕਈ ਜਿਹੜੇ ਹੋਰ ਰਾਜਾਂ ਦੇ ਉਹ ਵੀ ਯੂਥ ਆ ਕੇ ਇਕੱਠੇ ਹੋ ਗਏ ਤੁਸੀਂ ਹੈਰਾਨ ਹੋਵੋਗੇ ਪਹਿਲਾਂ 7 ਜਾਣਿਆਂ ਨੇ ਸ਼ੁਰੂ ਕੀਤਾ ਸੀ 450 ਇਹ ਹੋ ਗਏ ਜੀ ਇਸ ਵੇਲੇ ਯੂਥ ਅੱਛਾ ਜੀ ਜਿਹੜੇ ਕਹਿੰਦੇ ਸਾਨੂੰ ਦੱਸੋ ਅਸੀਂ ਜਿਹੜਾ ਜੀ ਉਹ ਪੜਾਵਾਂਗੇ ਇੱਡਾ ਵੱਡਾ ਮਤਲਬ ਕਿ ਢਾਜਾ ਜਿਹੜਾ ਇੱਕ ਕਿਸਮ ਦੇ ਨਾਲ ਇਹਨਾਂ ਨੇ ਖੜਾ ਕਰ ਲਿਆ 6 ਵਜੇ ਤੋਂ ਲੈ ਕੇ 8 ਵਜੇ ਤੱਕ ਜਿਹੜਾ ਜੀ ਇੱਥੇ ਇਹ ਕਲਾਸਿਸ ਜਿਹੜੀਆਂ ਦੀ ਉਹ ਲੱਗਦੀਆਂ ਨੇ ਇਹ ਇੱਕ ਦੂਜੇ ਨੂੰ ਕਦੀ ਮਿਲੇ ਨਹੀਂ ਸੀਗੇ ਪੰਜਾਬ ਦੇ ਸੁਖਵਿੰਦਰ ਸਿੰਘ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਕੋਈ NGO ਨਹੀਂ ਸਾਨੂੰ ਨਹੀਂ ਪਤਾ ਅਸੀਂ ਕਿਹੜੇ-ਕਿਹੜੇ ਆਏ ਸੁਖਵਿੰਦਰ ਸਿੰਘ ਵੜਵਾ ਨੇ ਗੈਰੀ ਵੜਿੰਗ ਆ ਦਨੇਸ਼ ਢੱਡਾ ਪਰਮਿੰਦਰ ਗੋਲਡੀ ਆ ਸਤਨਾਮ ਸਿੰਘ ਆ ਬਲਕਾਰ ਸਿੰਘ ਆ ਗੁਰਪੀਤ ਸਿੰਘ ਆ ਇਹ ਉਹਨਾਂ ਦਾ ਆਈਡੀਆ ਸੀਗਾ ਇਹ ਸ਼ੁਰੂਆਤੀ ਦੌਰ ਦੇ ਵਿੱਚ ਆਏ ਸੀ ਇਹ ਕਹਿੰਦੇ ਅਸੀਂ ਇੱਕ ਪੋਜ਼ਿਟਿਵ ਚੀਜ਼ ਜਿਹੜੀ ਦੀ ਉਹ ਦਿਖਾਉਣੀ ਹੈ ਅੱਛਾ ਇਹ ਬੱਚੇ ਜਿਹੜੇ ਸੰਘਰਸ਼ ਦੇ ਵਿੱਚ ਗਏ ਲੋਕ ਆ ਸਿਰਫ ਉਹਨਾਂ ਦੇ ਬੱਚੇ ਨਹੀਂ ਬਲਕਿ ਨੇੜੇ ਤੜੇ ਜਿਹੜੇ ਮਜ਼ਦੂਰ ਰਹਿੰਦੇ ਆ ਉਹਨਾਂ ਦੇ ਬੱਚੇ ਵੀ ਆ ਕੇ ਜਿਹੜਾ ਦੀ ਆਪਣਾ ਹੋਮਵਰਕ ਵੀ ਉੱਥੇ ਜਿਹੜਾ ਦੀ ਉਹ ਕਰ ਰਹੇ ਆ ਔਰ ਉੱਥੇ ਅਗਲੀ ਜਿਹੜੀ ਸਿੱਖਿਆ ਉਹ ਵੀ ਅਗਲੀਆਂ ਕਲਾਸਸਿਸ ਦੀ ਲੈ ਰਹੇ ਆ ਕਿਸੇ ਨੇ ਐਮਏ ਕੀਤੀ ਹੋਈ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਕਿਸੇ ਨੇ ਪੀਐਚਡੀ ਜਿਹੜੀ ਕੀਤੀ ਹੋਈ ਆ ਸਾਰੀਆਂ ਭਾਸ਼ਾਵਾਂ ਦੇ ਲਿਟਰੇਚਰ ਜਿਹੜੇ ਜੀ ਇਹ ਇੱਥੇ ਲੈ ਕੇ ਆਏ ਨੇ ਜਿਨੇ ਪੜਨਾ ਉਹ ਕਹਿੰਦੇ ਐਂਟਰੀ ਕਰਾਵੇ ਤੇ ਫਿਰ ਜਿਹੜਾ ਜੀ ਅੰਦਰ ਜਾਵੇ ਜੋ ਉਹਨਾਂ ਨੂੰ ਰਜਿਸਟਰ ਪੈਨ ਕਾਪੀ ਜੋ ਕੁਝ ਵੀ ਪੇਪਰ ਜਿਹੜਾ ਜੀ ਉਹ ਚਾਹੀਦਾ ਸਾਰੇ ਦਾ ਸਾਰਾ ਇਹਨਾਂ ਦੇ ਵੱਲੋਂ ਪ੍ਰੋਵਾਈਡ ਕਰਾਇਆ ਜਾ ਰਿਹਾ ਹੈ ਕਿਾ ਕਮਾਲ ਦੀ ਚੀਜ਼ ਜਿਹੜੀ ਜੀ ਉਹ ਇਹ ਨੌਜਵਾਨ ਜਿਹੜੇ ਉੱਥੇ ਪੇਸ਼ ਕਰ ਰਹੇ ਨੇ ਜੀ ਅਜਾ ਪਰ ਤੁਸੀਂ ਇੱਕ ਬਰੀਫਲੀ ਦੱਸਿਓ ਹੁਣ ਲੋਹੜੀ ਦਾ ਤਿਉਹਾਰ ਆ ਹੁਣ ਕੱਲ ਨੂੰ ਲੋਹੜੀ ਮਨਾਈ ਜਾਣੀ ਆ ਪਰ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਸਪੈਸ਼ਲੀ ਕਿਸਾਨ ਅੰਦੋਲਨ ਚੱਲਣ ਕਰਕੇ ਉਹਦਾ ਕਿਸ ਤਰ੍ਹਾਂ ਦਾ ਪ੍ਰतिकਰਮ ਜਾਂ ਕਿਸ ਤਰ੍ਹਾਂ ਦਾ ਕਨੈਕਸ਼ਨ ਪੰਜਾਬ 'ਚ ਦੇਖਣ ਨੂੰ ਮਿਲ ਰਿਹਾ ਦੇਖੋ ਜੋ ਕੁਝ ਬੋਲਦੇ ਆ ਲੋਹੜੀ ਦੇ ਉੱਤੇ ਈਸ਼ਰ ਆ ਦਲਿੱਦਰ ਜਾ ਦਲਿੱਦਰ ਦੀ ਜੜ ਚੁੱਲ੍ਹੇ ਪਾ ਇਹ ਬੋਲਦੇ ਹੁੰਦੇ ਆ ਜਿਹੜੇ ਜਿਹੜੇ ਤਿਲ ਨੇ ਉਹ ਸੁੱਟ ਕੇ ਇਸ ਵਾਰੀ ਜਿਹੜੀ ਲੋਹੜੀ ਆ ਪੰਜਾਬ ਦੀ ਸਰਹੱਦਾਂ ਦੇ ਉੱਤੇ ਬੈਠੇ ਸੰਘਰਸ਼ ਸ਼ੀਲ ਜਿਹੜੇ ਕਿਸਾਨ ਨੇ ਉਹ ਥੋੜੀ ਡਿਫਰੈਂਟ ਤਰੀਕੇ ਦੇ ਨਾਲ ਮਨਾਉਣਗੇ ਉਹ ਤਿਲ ਨਹੀਂ ਸੁੱਟਣਗੇ ਅੱਗ ਦੇ ਵਿੱਚ ਉਹਦੇ ਵਿੱਚ ਇਹ ਖੇਤੀ ਕਾਨੂੰਨ ਜਿਹੜੇ ਆ ਉਹ ਪਾੜ ਕੇ ਸੁੱਟਣਗੇ ਹੂੰ ਹੂੰ ਔਰ ਪੰਜਾਬ ਦੇ ਵਿੱਚ ਜਿਹੜਾ ਜੀ ਇਸੇ ਤਰ੍ਹਾਂ ਦੀ ਲੋਹੜੀ ਮਨਾਏ ਜਾਣ ਦੇ ਆਸਾਰ ਨੇ ਲੋਹੜੀ ਵਾਲੇ ਦਿਨ ਦਿਨ ਦੇ ਸਮੇਂ ਧੁੰਦ ਪਏ ਰਹਿਣ ਦੇ ਆਸਾਰ ਨੇ ਜੀ ਧੁੰਦ ਬਹੁਤ ਪੈ ਰਹੀ ਆ ਸੀਤ ਲਹਿਰ ਐਸ ਵੇਲੇ ਜਿਹੜੀ ਹੱਡ ਚੀਰਵੀਂ ਠੰਡ ਜਿਹੜੀ ਆ ਜੀ ਉਹ ਹੈ ਜੀ আর এক লোড়ি ਦੇ লোড়ি ਤੋਂ ਪਹਿਲਾਂ ਜਿਹੜੇ ਪਤੰਗबाजी ਕਿਉਂਕਿ ਲੋੜੀ ਵਾਲੇ ਦਿਨ ਪਤੰਗबाजी ਬਹੁਤ ਹੁੰਦੀ ਆ ਤਾਂ ਜਿੰਨੇ ਪਤੰਗ ਇਸ ਵੇਲੇ ਵਿਕ ਰਹੇ ਆ ਉਹ ਖੇਤੀ ਕਾਨੂੰਨਾ ਦਾ ਅਸਰ ਆ ਉਹਦੇ ਉੱਤੇ ਕਿਸਾਨਾਂ ਦੇ ਹੱਕ ਦੇ ਵਿੱਚ ਨਾਰੇ ਬਾਜੀ ਕਿਸਾਨ ਲਿਖਿਆ ਹੋਇਆ ਕਿਸਾਨ ਮਜ਼ਦੂਰ ਲਿਖਿਆ ਹੋਇਆ ਕਿਸਾਨ ਮਜ਼ਦੂਰ ਏਕਤਾ ਲਿਖਿਆ ਹੋਇਆ ਖੇਤੀ ਕਾਨੂੰਨ ਰੱਦ ਕਰੋ ਇਹ ਲਿਖਿਆ ਹੋਇਆ ਤਕਰੀਬਨ ਬਹੁਤੇ ਜਿਹੜੇ ਪਤੰਗ ਨੇ ਉਹ ਉਹਨਾਂ ਦੇ ਉੱਤੇ ਖੇਤੀ ਨਾਰੇ ਜਿਹੜੇ ਜੀ ਉਹ ਲਿਖੇ ਹੋਏ ਆ ਔਰ 300 ਦੇ ਕਰੀਬ ਡਿਫਰੈਂਟ ਨਾਰਿਆਂ ਵਾਲੇ ਪਤੰਗ ਇਸ ਵੇਲੇ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਅਵੇਲੇਬਲ ਆ ਜਿਹੜੇ 10 ਰੁਪਏ ਤੋਂ ਲੈ ਕੇ 100 ਰੁਪਏ ਦੀ ਕੀਮਤ ਤੱਕ ਦੇ ਜਿਹੜਾ ਜੀ ਉਹ ਪਤੰਗ ਨੇ ਤੁਸੀਂ ਦੇਖੋ ਅੰਦੋਲਨ ਦਾ ਅਸਰ ਇਸ ਤਰੀਕੇ ਦੇ ਨਾਲ ਹੈ ਕਿ ਤੁਸੀਂ ਜਿੱਥੇ ਮਰਜ਼ੀ ਚੱਲ ਜਾਓ ਹਰੀਆਂ ਪੱਗਾਂ ਹਰੇ ਸਾਫੇ ਝੰਡੇ ਵਕ ਵਕ ਕਿਸਾਨ ਜਥੇਬੰਦੀਆਂ ਦੇ ਕਾਰਾਂ ਦੇ ਉੱਤੇ ਜਿਹੜਾ ਜੀ ਉਹ ਲੱਗੇ ਹੋਏ ਤੁਹਾਨੂੰ ਨਜ਼ਰ ਆਉਂਦੇ ਆ ਸੜਕਾਂ ਦੱਸਦੀਆਂ ਨੇ ਕਿ ਇੱਕ ਐਡਾ ਵੱਡਾ ਅੰਦੋਲਨ ਚੱਲ ਰਿਹਾ ਜਿਹਦੇ ਵਿੱਚ ਹਰ ਬੰਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਦੇ ਵਿੱਚ ਸ਼ਾਮਲ ਜ਼ਰੂਰ ਹੈ ਜੀ ਤੇ ਪੰਨੂ ਸਾਹਿਬ ਅੱਜ ਨਾਵਾ ਕੀ ਹੈ ਜੀ ਕਿ ਗਈ ਖੱਟਰ ਤੋਂ ਮਾਸਾ ਨਹੀਂ ਭੱਲ ਖੱਟੀ ਪੈ ਗਏ ਪਿੱਛੇ ਹਰਿਆਣੀਆਂ ਲੋਕ ਬੇਲੀ ਹੂੰ ਹੂੰ ਗਈ ਖੱਟਰ ਤੋਂ ਮਾਸਾ ਨਹੀਂ ਭੱਲ ਖੱਟੀ ਪੈ ਗਏ ਪਿੱਛੇ ਹਰਿਆਣੀਆਂ ਲੋਕ ਬੇਲੀ ਜਾਂਦਾ ਜਿੱਧਰ ਵੀ ਘੇਰਿਆ ਰਾਹ ਹੁੰਦਾ ਟੁੱਟਦੀ ਪੁਲਿਸ ਤੋਂ ਕੋਈ ਨਾ ਰੋਕ ਬੇਲੀ ਹੂੰ ਹੂੰ ਡਿੱਠੇ ਕਾਬੂ ਦੇ ਵਿੱਚ ਨਾ ਲੋਕ ਆਉਂਦੇ ਸਾਰੀ ਤਾਕਤ ਵੀ ਛੱਡੀ ਐ ਝੋਕਵੇਲੀ ਅਥਰੂ ਗੈਸ ਜਾਂ ਪਾਣੀ ਦੀ ਧਾਰ ਮੂਰੇ ਆਉਂਦੇ ਲੋਕ ਆ ਹਿੱਕਾਂ ਨੂੰ ਠੋਕਵੇਲੀ ਹੂੰ ਹੂੰ ਭੜਕੇ ਲੋਕ ਜੇ ਰਹੇ ਤਾਂ ਹੋਰ ਮੁਸ਼ਕਲ ਫਸੀ ਚਿੱਕੜ ਦੇ ਵਿੱਚ ਐ ਗੱਡਵੇਲੀ ਹੂੰ ਹੂੰ ਭੜਕੇ ਲੋਕ ਜੇ ਰਹੇ ਤਾਂ ਹੋਰ ਮੁਸ਼ਕਲ ਫਸੀ ਚਿੱਕੜ ਦੇ ਵਿੱਚ ਐ ਗੱਡਵੇਲੀ ਕਰੀ ਜੇ ਢਿੱਲ ਤੇ મોદી ਨੇ ਕਹਿ ਦੇਣਾ ਬਸਤਾ ਚੁੱਕ ਤੇ ਕੁਰਸੀ ਨੂੰ ਛੱਡਵੇਲੀ ਜੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਸਾਹਿਬ ਕੱਲ ਫੇਰ ਗੱਲ ਕਰਦੇ ਹਾਂ ਜੀ ਬਹੁਤ ਮਿਹਰਬਾਨੀ ਜੀ Thank you, Jay.